मैं दूसरी ये बेनती करनी सी जिथे सतगुरु ने अपने की कृपा की है भाई भाई लखविंदर सिंह कीर्तन करन दे ने हजूरी रागी सचखंड श्री दरबार साहब अमृतसर भाई सुनन दा प्रबंध वालों धन्यवाद करते हैं जिन्हां करके इन्नी संगत आ रही है। दूसरी ये गल कि अपने को भाई चरणजीत सिंह जी आनंदपुर साहब वाले पंथी हैं पंथ के प्रसिद्ध दीवान बहुत कृपा उन्होंने जिहड़े वीर मेरे कथा सुन रहे ने उन्होंने पुछो तुसीं सत्संग दी रूटीन टुटी हुई आ कृपा करके मेरी हाथ जोड़ के बेनती कि थोड़ा थोड़ा टाइम आपे जदों तुहानूं जिवें कीर्तन दा रस आ रहा ना इस तरह जदों आपां नूं कथा दा रस आउणा असीं कहिंदे जिवें पहलां संगतां कथा कीर्तन सुन के जांदियां सी उस तरह ही होवे सारा कुछ पर जरूर पंज दस मिनट ही जाणा तां है ही आपां नाले इन्ने रश नहीं हुंदा तो कृपा करके तुसीं दस कु मिनट मैं जरूर कहांगा अज कथा सुन के जाओ बहुत कृपा भाई सरों ते पूरी वीक इन्होंने आपां नूं जोड़ना आओ बड़े प्यार नाल आपां भाई सरों ते हुण 7:30 बजे तक चाली गुरबाणी की लड़ीवार कथा सरण करते हैं। वाहिगुरु जी का खालसा वाहिगुरु जी की वाहिगुरु जी मैं मूर्ख की केतक बात है कोट पराधी तरियारे गुरु नानक जिन सुनिया पेखिया से फिर गुरबास न परियारे ज्ञान ध्यान किश कर्म न जाना सार न जाना तेरी सब ते वड्डा सतगुर नानक जिन कल राखी मेरी सब ते वड्डा सतगुर नानक जिन कल राखी मेरी। सतनाम वाहे गुरु साहिब जीओ सूही महला पंजवा गुरु अपने ऊपर बल जाइए आठ पहर हर हर जस गाइए सिमरो सो प्रभ अपना स्वामी सगल कटा का अंतर जामी रहाओ चरण कमल स्यों लागी प्रीत साची पूरन निर्मल रीत संत प्रसाद वसै मन माही जन्म जन्म के किल विख जाही कर कृपा प्रभ दीन दयाला नानक मांगै संत रवाला कर कृपा प्रभ दीन दयाला नानक मांगै संत रवाला। वाहिगुरु जी का खालसा वाहिगुरु जी की फतेह। परम सत्कारयोग गुरु रूप गुरु प्यारी साध संगत जी हो आप जी वडभागे हो जो दीन दुनिया के मालक सतगुरु श्री गुरु ग्रंथ साहिब जी महाराज जी की पावन पवित्र हजूरी अंदर सुभायमान होके सतगुरु जी के चरणों में बैठ के सत्संग दियां घड़ियां का लाभ उठा रहे हो। साढ़े तो पहला गुरु पंथ के अत सत्कारत कीर्तनीए
ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜੂਰੀ ਕੀਰਤਨੀਏ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਿਨ੍ਹਾਂ ਨੂੰ ਸੁਣਨ ਨੂੰ ਤਰਸ ਜਾਈਦਾ ਹੈ ਇਹ ਤਾਂ ਵਡਭਾਗੀਆਂ ਸੀ ਇਹਨਾਂ ਮੁਲਕਾਂ ਵਿੱਚ ਐਸਾ ਸਬੱਬ ਬਣ ਜਾਂਦਾ ਹੈ ਕਿ ਇੱਕ ਇੱਕ ਵੀਕ ਦਸ ਦਸ ਦਿਨ ਹਫ਼ਤਾ ਹਫ਼ਤਾ ਦੋ ਦੋ ਹਫ਼ਤੇ ਇਕੱਠੇ ਮਿਲ ਜਾਂਦੇ ਹੈ ਸਾਡੇ ਲਈ ਇਹ ਖੁਸ਼ਨਸੀਬੀ ਹੈ ਕਿ ਇਹੋ ਜਿਹੇ ਗੁਰੂ ਪਿਆਰਿਆਂ ਦੇ ਨਾਲੇ ਦਰਸ਼ਨ ਹੁੰਦੇ ਨਾਲੇ ਇਹਨਾਂ ਤੋਂ ਪਾਵਨ ਬਾਣੀ ਦਾ ਕੀਰਤਨ ਸੁਣਦੇ ਹਾਂ ਨਹੀਂ ਤਾਂ ਇਹਨਾਂ ਕੀਰਤਨੀਆਂ ਦੇ ਕੋਲ ਜਾਂ ਇਹੋ ਜਿਹੇ ਗੁਣੀ ਜਨਾਂ ਕੋਲ ਸਮਾਂ ਹੀ ਨਹੀਂ ਹੁੰਦਾ ਵੀ ਮਿਲ ਸਕੀਏ ਵਡਭਾਗੇ ਹਾਂ ਜੋ ਲਾਹੇ ਲੈ ਰਹੇ ਹਾਂ ਔਰ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਦੇ ਪਾਵਨ ਸਥਾਨਾਂ 'ਤੇ ਜੋ ਸੇਵਾ ਨਿਭਾ ਰਹੇ ਨੇ ਉਹਨਾਂ ਨੇ ਸੱਚਮੁੱਚ ਬੜੀ ਵਧੀਆ ਗੱਲ ਕੀਤੀ ਤੁਸੀਂ ਕੀਰਤਨ ਦੇ ਸ਼ੌਕੀਨ ਹੋ ਸੁਣਦੇ ਹੋ ਕੀਰਤਨ ਪਰ ਕਥਾ ਵੇਲੇ ਜਦੋਂ ਉੱਠ ਕੇ ਚਲੇ ਜਾਂਦੇ ਚੰਗਾ ਜਾਂ ਨਹੀਂ ਲੱਗਦਾ ਇਹਨਾਂ ਕਾਰਨ ਇਹ ਨਹੀਂ ਕਿ ਤੁਸੀਂ ਤੁਹਾਡੇ ਕੋਲ ਟਾਈਮ ਨਹੀਂ ਜਾਂ ਕੁਝ ਨਹੀਂ ਪਰ ਗੱਲ ਇਹ ਆ ਤੁਹਾਨੂੰ ਤੁਸੀਂ ਸੁਣਦੇ ਨਹੀਂ ਕਥਾ ਜੇ ਸੁਣਨ ਲੱਗ ਜਾਓਗੇ ਕਥਾ ਵੀ ਚੰਗੀ ਲੱਗਦੀ ਹੈ ਕਥਾ ਕੀਰਤਨ ਸੁਖਦਾ ਹੈ ਖੈਰ ਫਰਕ ਜ਼ਰੂਰ ਹੁੰਦਾ ਹੈ ਇੱਕ ਪਾਸੇ ਗੁਰੂ ਘਰ ਦੇ ਪਿਆਰੇ ਕੀਰਤਨੀਏ ਨਾਮਵਰ ਇੱਕ ਪਾਸੇ ਇੱਕ ਆਮ ਸਧਾਰਨ ਇਨਸਾਨ ਤੁਹਾਡੇ ਸਾਹਮਣੇ ਬੈਠ ਜਾਏ ਥੋੜ੍ਹਾ ਔਖਾ ਤਾਂ ਹੈ ਕਿਉਂਕਿ ਅੱਖਾਂ ਦੇਖ ਦੇਖ ਕੇ ਖਿੱਚੀਆਂ ਹੁੰਦੀਆਂ ਕਿਸੇ ਵੱਲ ਉਹਨਾਂ ਦਾ ਵੀ ਮਾਨ ਸਨਮਾਨ ਹੈ ਪਰ ਗੁਰਸ਼ਬਦ ਦਾ ਸਤਿਕਾਰ ਅਸੀਂ ਕਰਨਾ ਗੁਰਬਾਣੀ ਦਾ ਨਾ ਕੋਈ ਹਸਤੀ ਦੇ ਤੌਰ 'ਤੇ ਵਿਅਕਤੀਗਤ 'ਤੇ ਕੋਈ ਬੰਦਾ ਵੱਡਾ ਨਹੀਂ ਕੋਈ ਛੋਟਾ ਨਹੀਂ ਸਾਰੇ ਜਿੰਨੇ ਵੀ ਆਪਾਂ ਭਾਵੇਂ ਮੈਂ ਹਾਂ ਤੁਸੀਂ ਹੋ ਭਾਵੇਂ ਕੋਈ ਪਿੱਛੇ ਬੈਠਾ ਕੋਈ ਅੱਗੇ ਹੈ ਆਪਾਂ ਸਾਰੀ ਸਾਡੀ ਸਾਂਝ ਗੁਰਬਾਣੀ ਦੀ ਸਾਂਝ ਹੈ ਸ਼ਬਦ ਬਿਨਾਂ ਕੋਈ ਪੂਜਨੀਕ ਨਹੀਂ ਕੋਈ ਸਨਮਾਨਿਤ ਨਹੀਂ ਪੂਜਨੀਕ ਸੁਸ਼ੋਭਿਤ ਗੁਰਬਾਣੀ ਦਾ ਸ਼ਬਦ ਹੈ ਇਸ ਲਈ ਪਿਆਰਿਓ ਗੁਰਬਾਣੀ ਨਾਲ ਸਾਂਝ ਪਾਈਏ ਸਤਿਗੁਰੂ ਦੇ ਸ਼ਬਦ ਨਾਲ ਸਾਂਝ ਪਾਈਏ ਤਾਂ ਸਾਡਾ ਜੀਵਨ ਸਫਲਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 741 ਦੇ ਉੱਤੇ ਇਹ ਪਵਿੱਤਰ ਸ਼ਬਦ ਵਿਚਾਰ ਹੈ ਆਓ ਗੁਰੂ ਸਾਹਿਬ ਬੋਲ ਕੇ ਵਚਨ ਕਰਦੇ ਆ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਵੇਲੇ ਸੱਚਖੰਡ ਗਏ ਸਨ ਜਾਣ ਤੋਂ ਪਹਿਲਾਂ ਦਸ਼ਮੇਸ਼ ਜੀ ਨੂੰ ਸੰਗਤ ਨੇ ਆਖਿਆ ਸੀ ਮਹਾਰਾਜ ਆਪ ਜੀ ਤੇ ਸੱਚਖੰਡ ਚਲੇ ਜਾ ਰਹੇ ਹੋ ਤੁਹਾਡੇ ਤੋਂ ਬਾਅਦ ਅਸੀਂ ਦਰਸ਼ਨ ਕਿਹਦੇ ਕਰਾਂਗੇ ਬਾਜਾਂ ਵਾਲੇ ਪਾਤਸ਼ਾਹ ਨੇ ਆਖਿਆ ਜੇ ਮੇਰੇ ਦਰਸ਼ਨ ਕਰਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਿਓ ਸੰਗਤ ਨੇ ਆਖਿਆ ਮਹਾਰਾਜ ਜੇ ਕੋਈ ਬਚਨ ਪੁੱਛਣਾ ਹੋਵੇ ਕੋਈ ਸਿੱਖਿਆ ਲੈਣੀ ਹੋਵੇ ਤੇ ਫਿਰ ਸਿੱਖਿਆ ਕਿਤੋਂ ਲਵਾਂਗੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਵਚਨ ਕੀਤੇ ਇਤਿਹਾਸ ਵਿੱਚ ਇਉਂ ਦਰਜ ਹਨ ਮਮ ਦਰਸ਼ ਜੇ ਦੇਖਣਾ ਗੁਰੂ ਗ੍ਰੰਥ ਦਰਸਾਏ ਬਾਤ ਕਰਨ ਮੁਝ ਸੋਚ ਹੈ ਪੜ੍ਹੈ ਗ੍ਰੰਥ ਚਿੱਤ ਲਾਏ ਕਹਿੰਦੇ ਜੇ ਮੇਰੇ ਦਰਸ਼ਨ ਕਰਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਿਓ ਮੇਰੇ ਦਰਸ਼ਨਾਂ ਦਾ ਫਲ ਹੈ ਜੇ ਕੋਈ ਗੁਰਸਿੱਖ ਮੇਰੇ ਨਾਲ ਗੱਲਬਾਤ ਕਰਨੀ ਚਾਹੁੰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਚਿੱਤ ਲਾ ਕੇ ਧਿਆਨ ਨਾਲ ਪੜ੍ਹਿਓ ਗੁਰਬਾਣੀ ਦੇ ਸ਼ਬਦਾਂ ਦੇ ਰਾਹੀਂ ਮੈਂ ਤੁਹਾਡੇ ਨਾਲ ਗੱਲਾਂ ਕਰਾਂਗਾ ਬੋਲਾਂਗਾ ਔਰ ਗੁਰੂ ਬੋਲਦਾ ਅੱਜ ਵੀ ਇਹ ਜੋ ਸ਼ਬਦ ਬਾਣੀ ਦੇ ਕਥਾ ਵਿਆਖਿਆ ਹੈ ਕਿਸੇ ਬੰਦੇ ਦੀ ਨਹੀਂ ਹੋਇਆ ਕਰਦਾ ਇਹ ਗੁਰੂ ਦੇ ਵਚਨ ਹੈ ਕੇਵਲ ਗੁਰੂ ਨਾਨਕ ਦੇ ਘਰ ਦੀ ਇਹ ਮਰਿਆਦਾ ਹੈ ਸਾਡਾ ਗੁਰੂ ਗੁਰਸਿੱਖਾਂ ਰਾਹੀਂ ਬੋਲਦਾ ਐਸੇ ਗੁਰੂ ਮਹਾਰਾਜ ਤੋਂ ਬਲਿਹਾਰੇ ਜਾਈਏ ਆਓ ਪਾਵਨ ਬਾਣੀ ਦੇ ਸ਼ਬਦਾਂ ਦੇ ਨਾਲ ਸਾਂਝ ਪਾਈਏ ਜੀ ਇੱਕ ਵਾਰ ਹਾਜ਼ਰੀ ਲਵਾਉਂਦੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਫਿਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੂਹੀ ਮਹੱਲਾ ਪੰਜਵਾਂ
गुर अपने ऊपर बल जाइए। सुही राग दे अंदर पंचम पातशाह सतगुरु श्री गुरु अर्जन देव जी दस रहे हैं गुर अपने ऊपर बल जाइए। अपने गुरु तो गुरसिख बलिहारे जाता है, गुरु नाल प्रेम है। अज का समा जिहड़ा चल रहा है कुछ इस तरह की हवा चली हुई है, कुछ क बंदे गुरु दे प्रेम ते सट मारदे है। वो कहिंदे है गुरु नानक नू गुरु कहण दी भी लोड़ नहीं, कहिंदे नानक दे यारां से। इदां दीआं गल्लां तुसीं कहण सुण नू आम देखोगे समाज विच, नानक दे यार कहिंदे आ। पर जे गुरु दे उत्ते आ भावना बनी होवे गुर अपने उपर बल जाइए, अपने गुरु तो बलिहारे जाइए, अपने गुरु दे उत्तों जिंद क्यों ना वार दईए। गुरमुखो चमकौर दी गढ़ी दा वो इतिहास तुहानूं याद है ना, जिस वेले बाजां वाले पातशाह दे नाल 40 सिंह भुखे पाणे, गुरु गोबिंद सिंह जी ने फिर लिखिया औरंगजेब नूं जिहड़ा खत लिखिया, कहिंदे मेरे सिंह भुखे पाणे जाना वार गए, पर औरंगजेब जो कुछ जो कर सकदे सी उहनां कीता। लिखिया जफरनामे विच गुरशिने चिकारे कुनद चिहल नर, गुरशिने कहिंदे भुखियां नूं, कहिंदे भुखे पाणे कई दिनां दे शरीर दे उत्ते उड्डण नूं कपड़ा नहीं सी, ठंड दी बहुत ठंडी रात गिले वस्त्र सरसा नदी चों भुखे पाणे गढ़ी विच वड़ गए, उत्तों 10 लख फौज आ गई। गुरशिने च कारे कुनंद चिहल नर के 10 लख बर आयद बरो बेखबर, 10 लख फौज आ गई पर एक ने भी ईमान नहीं डोलिया गुरु महाराज सच्चे पातशाह दी नजर दे सामने शहीदियां पा गए, अपनापा वार गए, गुरु के लाल गुरु के साहबजादे वार गए। ये गुरु नानक दे घर दी सिख्या है। गुरु गोबिंद सिंह साहब जी का इतिहास पढ़ो कदे सुनो, जिस वेले बाजां वाले पातशाह जी माछीवाड़े तो हुंदे होए उच्चे पीर हुंदे होए जंगलां विच दी पैरां दे उत्ते कंडे चुभदे गए, जामा लीरो लीर होया, कैसे हालात सन। चलदिआं चलदिआं दमदमा साहब जी नूं आपां अज कहिंदे आ मालवे दी धरती, उस वेले जंगल दा इलाका इहनूं कहा जांदा सी। जदों दशमेश जी उत्थे पहुंचे सरहंद दे सूबेदार वजीर खान नूं इस गल दा पता लगा कि गुरु गोबिंद सिंह महाराज मालवे च पहुंचे हन, और उत्थे दा तलवंडी साबे दा जो चौधरी है चौधरी डल्ला उन्हूं चिट्ठी लिखी, इसने चिट्ठी विच लिखिया कहन लगा गल सुन डल्लिया चौधरी आ, वजीर खान लिखदा है तू मैं सुनिया कि गुरु गोबिंद सिंह जी तेरे कोल आए हैं, गुरु तेरे कोल है, तू यूं कर गुरु नूं साडे हवाले कर दे, तेरे कोल चौधर ते है पिंडां दी, तेनू होर भी बहुत इनाम दे दित्ते जाणगे, तू गुरु साडे हवाले कर दे। पहलां इदां चिट्ठी लिखी, भाई डल्ले ने जवाब दिता गुरु साहब साडे लई पूजनीक हन, असी इन्हां करके जिउंदे आ, ये साडे करके नहीं, असी इन्हां नूं किसे दे हवाले नहीं कर सकते। अगली बार दूजी चिट्ठी फिर गई, चिट्ठी कुछ सख्त लफ्ज सन, डल्लिया तू गुरु दे लई हुकूमत नाल मत्था लावेंगा, तेनू कैद कर लिया जाएगा, हो सकता है तेनू सजा दत्ती जाए, तेनू जेल विच सुट दिता जाए। डल्ले ने फिर अगली चिट्ठी फिर लिखी, कहन लगा नवाब सूबेदार साहब वजीर खान लै फिर साडे दिल की गल सुन, असी गुरु गोबिंद सिंह मारन नू तेरे हवाले नहीं कर सकते, तेरी चौधर नू मार दिया ठोकर तू जेल की गल करदा है, साडे शरीर विच अगर एक भी खून बूंद एक भी खून की बाकी रही वो एक बूंद भी गुरु गोबिंद सिंह महाराज सच्चे पातशाह की सेवा च तेरे खिलाफ लड़न लई तैयार रहेगी, तेनू साडियां लाशां दे उत्तों दी गुजरना पएगा फिर गुरु गोबिंद सिंह साहब तक तू पहुंच सकदा, फिर अगे गुरु जाने गुरु दियां गुरु जाने, असी अपना फर्ज निभाउणा है।
ਗੁਰੂ ਕੇ ਸਿੱਖ ਦਾ ਆਪਣੇ ਗੁਰੂ ਤੇ ਅਕੀਦਾ, ਯਕੀਨ ਭਰੋਸਾ ਕੈਸਾ, ਗੁਰ ਆਪਣੇ ਉੱਪਰ ਬਲ ਜਾਈਏ, ਬਲਿਹਾਰੇ ਜਾਈਏ ਆਪਣੇ ਗੁਰੂ ਤੋਂ, ਜਾਣ ਕਿਉਂ ਨਾ ਵਾਰ ਦੇਵੇ ਸਿੱਖ ਆਪਣੇ ਗੁਰੂ। ਅੱਜ ਇਸ ਤਰ੍ਹਾਂ ਦੀ ਸਿੱਖਿਆ ਮਿਲਦੀ, ਗੁਰੂ ਨੂੰ ਮੱਥਾ ਟੇਕਣ ਦੀ ਕੀ ਲੋੜ ਹੈ, ਗੁਰੂ ਨੂੰ ਰੁਮਾਲਿਆਂ ਦੀ ਕੀ ਲੋੜ ਹੈ, ਗੁਰੂ ਨੂੰ ਚੌਰ ਦੀ ਕੀ ਲੋੜ ਹੈ, ਤੈਨੂੰ ਸਭ ਕਾਸੇ ਦੀ ਲੋੜ ਹੈ, ਗੁਰੂ ਨੂੰ ਪੱਖੇ ਦੀ ਨਹੀਂ ਲੋੜ। ਇਹ ਚਾਹੁੰਦੇ ਕੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਮਾਨੋ, ਕਿਸੇ ਬਾਹਰ ਪਏ ਜਿਵੇਂ ਕਹਿ ਲਓ ਬੈਂਚ ਦੇ ਉੱਤੇ ਰੱਖਿਆ ਹੋਵੇ ਤੇ ਜੂਠੇ ਮਿੱਠੇ ਹੱਥਾਂ ਨਾਲ ਬੰਦਾ ਐਂ ਪੜ੍ਹੀ ਜਾਵੇ। ਇਹ ਗੁਰੂ ਦਾ ਸਤਿਕਾਰ ਨਹੀਂ, ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹੈ। ਕੋਈ ਇਕੱਲੀ ਬੁੱਕ ਨਹੀਂ ਹੈ ਬਾਹਰੀ ਤੌਰ 'ਤੇ, ਕੋਈ ਉੱਦਾਂ ਨੌਲੇਜ ਲਈ ਨਹੀਂ ਹੈ, ਇਹ ਸਾਡਾ ਮੁਕਤੀ ਦਾਤਾ ਹੈ। ਇਕੱਲਾ ਦੁਨਿਆਵੀ ਗਿਆਨ ਨਹੀਂ ਹੈ, ਕੋਈ ਸਬਜੈਕਟਿਵ ਤੌਰ 'ਤੇ ਬੁੱਕ ਨਹੀਂ ਹੈ, ਇਹ ਸਾਡੀ ਜੀਵਨ ਦਾਤਾ, ਸਾਡਾ ਜੀਵਨ ਹੈ। ਇੱਥੋਂ ਸਾਨੂੰ ਅੰਮ੍ਰਿਤ ਮਿਲਣਾ ਹੈ। ਭਾਈ ਸਾਹਿਬ ਪੜ੍ਹ ਰਹੇ ਸਨ ਅੰਮ੍ਰਿਤਸਰ ਸਤਿਗੁਰ ਸੱਤ ਬਾਦੀ, ਆਹ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਦਾ ਸਰੋਵਰ ਹੈ, ਜਿੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਹੈ ਨਾ, ਜਿੱਥੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉੱਥੇ ਅੰਮ੍ਰਿਤ ਦਾ ਸਰੋਵਰ ਹੈ, ਤੇ ਗੁਰੂ ਸੱਤਵਾਦੀ ਹੈ, ਤੇ ਗੁਰੂ ਕੋਲ ਆ ਕੇ ਜਿਹੜਾ ਵੀ ਗੁਰੂ ਦੇ ਸ਼ਬਦ ਵਿੱਚ ਇਸ਼ਨਾਨ ਕਰੇਗਾ, ਗੁਰਮੁਖੋ ਜਿਤ ਨਾਪੈ ਕਊਆ ਹੰਸ ਹੋਵੇ, ਕਾਂ ਦੀ ਤਰ੍ਹਾਂ ਔਗਣਿਆਂ ਭਰਿਆ ਕਾਲਾ ਜੀਵਨ ਹੋਏਗਾ, ਜਦੋਂ ਗੁਰ ਸ਼ਬਦ ਦੇ ਰਾਹੀਂ ਗੁਰਬਾਣੀ ਨਾਲ ਜੁੜੇਗਾ। ਤੇ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਦਿਆਂ ਪੜ੍ਹਦਿਆਂ ਦੇਖੋ, ਪਹਿਲਾ ਰਾਗ ਸ਼੍ਰੀ ਰਾਗ ਆਉਂਦਾ ਨਾ, ਸ਼੍ਰੀ ਰਾਗ ਰਾਤ ਦਾ ਰਾਗ ਹੈ, ਹਨੇਰੇ ਦਾ, ਪੜ੍ਹਦਿਆਂ ਪੜ੍ਹਦਿਆਂ ਪ੍ਰਭਾਤੀ ਰਾਗ, ਤੀਵਾਂ ਰਾਗ, ਜੈਜਾਵੰਤੀ ਨੌਵੇਂ ਪਾਤਸ਼ਾਹ ਨੇ ਪਾਇਆ, ਦਸਵੇਂ ਪਾਤਸ਼ਾਹ ਨੇ ਐਡ ਕੀਤਾ, ਪ੍ਰਭਾਤੀ ਅੰਮ੍ਰਿਤ ਵੇਲੇ ਦਾ, ਰਾਤ ਦੇ ਹਨੇਰੇ 'ਚ ਗੁਰਬਾਣੀ 'ਚ ਵੜਦਾ ਹੈ, ਜਿਉਂ ਜਿਉਂ ਪੜ੍ਹਦਾ ਜਾਂਦਾ ਹੈ ਸਮਾਪਤੀ 'ਤੇ ਜਾ ਕੇ ਜੀਵਨ ਵਿੱਚ ਪ੍ਰਭਾਤ ਆਉਂਦੀ ਹੈ। ਗੁਰੂ ਐਸਾ ਹੈ, ਗੁਰੂ ਦੇ ਕੋਲ ਜਿਹੜਾ ਜੁੜੇਗਾ ਗੁਰੂ ਨੂੰ ਜੀਵਨ ਦਾਨ ਦਿੰਦਾ, ਇਸ ਲਈ ਗੁਰਸਿੱਖ ਆਪਣੇ ਗੁਰੂ ਤੋਂ ਕੁਝ ਵੀ ਨਹੀਂ ਲੁਕਾਉਂਦਾ, ਆਪਣੇ ਗੁਰੂ ਤੋਂ ਸਭ ਕੁਝ ਵਾਰਨ ਨੂੰ ਤਿਆਰ ਹੈ। ਬਾਬੇ ਫਰੀਦ ਨੇ ਆਖਿਆ ਨਾ ਕਿ ਬਹੁਤ ਗਲੀਆਂ ਚਿੱਕੜ ਦੂਰ ਕਰ, ਨਾਲ ਪਿਆਰੇ ਨੇ ਚੱਲਾਂ ਤਾਂ ਭਿੱਜਿਆ ਕੰਬਲੀ, ਰਾਹਾਂ ਤਾਂ ਟੁੱਟੇ ਨੇ। ਫਿਰ ਆਖਦੇ ਦੋ ਮਨ ਸਾਡੇ ਸਾਰਿਆਂ ਦੇ ਵਿੱਚ ਦੁਚਿੱਤੀ ਹੁੰਦੀ ਹੈ, ਸਾਡਾ ਮਨ ਦੋ ਰੋਲ ਨਿਭਾਉਂਦਾ, ਇੱਕ ਨੈਗੇਟਿਵ ਇੱਕ ਦੂਜਾ ਪੋਜ਼ਿਟਿਵ। ਫਿਰ ਸਾਡੀ ਬੁੱਧੀ ਨਿਰਣਾ ਕਰਦੀ ਹੈ, ਜਿਸ ਤਰ੍ਹਾਂ ਦੇ ਸਾਡੇ ਸੰਸਕਾਰ ਹੋਣਗੇ ਬੁੱਧੀ ਉਸ ਤਰੀਕੇ ਦਾ ਨਿਰਣਾ ਦੇ ਦੇਵੇਗੀ। ਅਗਰ ਸਾਡੀ ਸੰਗਤ ਭੈੜੇ ਬੰਦਿਆਂ ਨਾਲ ਹੋਏਗੀ, ਫਿਰ ਆਖਣਗੇ ਗੁਰਦੁਆਰੇ ਜਾਵਾਂ ਜਾਂ ਫਲਾਂ ਜਗ੍ਹਾ ਚੱਲ ਜਾਵਾਂ, ਪਾਰਟੀ ਚੱਲ ਰਹੀ ਹੈ, ਫਿਰ ਜਿੱਦਾਂ ਦੇ ਸੰਸਕਾਰ ਹੋਣਗੇ ਉੱਥੇ ਉਹ ਵੀ ਮਿਲੇਗਾ, ਉਹ ਵੀ ਮਿਲੇਗਾ, ਆਹ ਖਾਣ ਨੂੰ ਮਿਲੇਗਾ, ਆਹ ਖਾਣ ਨੂੰ ਮਿਲੇਗਾ, ਚੱਲ ਪਾਰਟੀ 'ਚ ਚਲਾ ਜਾਵਾਂ, ਸੰਸਕਾਰ ਬੁੱਧੀ 'ਚ ਉੱਦਾਂ ਦੇ ਨਿਰਣਾ ਉੱਦਾਂ ਦਾ ਲੈ ਲਏਗੀ। ਪਰ ਜੇ ਇਸ ਗੱਲ ਦੀ ਸਮਝ ਹੋਏਗੀ ਕਿ ਨਹੀਂ ਸਾਰੀ ਜ਼ਿੰਦਗੀ ਖਾਈ ਗਏ ਹਾਂ, ਖਾਧਾ ਹੀ ਆ, ਕਿਆ ਖਾਧਾ ਕਿਆ ਪੈਦਾ ਹੋਏ, ਗੁਰਦੁਆਰੇ ਜਾਣਾ ਲਾਜ਼ਮੀ ਹੈ। ਅੱਜ ਗੁਰਦੁਆਰੇ ਦੇ ਟਾਈਮ 'ਤੇ ਪਾਰਟੀ ਆ ਗਈਆਂ ਨੂੰ ਛੱਡ ਦੇ, ਇੱਥੇ ਨਹੀਂ ਜਾਣਾ, ਗੁਰਦੁਆਰਾ ਲਾਜ਼ਮੀ। ਫਿਰ ਅੰਦਰਲਾ ਨਿਰਣਾ ਕਰੇਗਾ ਗੁਰਦੁਆਰੇ ਜਾਣਾ। ਸਾਡੇ ਸਾਰਿਆਂ ਦੇ ਅੰਦਰ ਇਹ ਸੰਕਲਪ ਵਿਕਲਪ ਚੱਲਦੇ ਆ, ਥਾਊਟ ਸਾਡੇ ਅੰਦਰ ਚੱਲਦੇ ਆ, ਪਰ ਬਾਬੇ ਫਰੀਦ ਦੇ ਅੰਦਰ ਜਦੋਂ ਚੱਲੇ ਉਹ ਕਹਿੰਦਾ ਚਿੱਕੜ ਵੜਾ ਰਸਤੇ 'ਚ, ਦੂਰ ਘਰ ਹੈ, ਕੀ ਕਰਾਂ, ਜਾਵਾਂਗਾ ਤਾਂ ਕੱਪੜੇ ਭਿੱਜ ਜਾਣਗੇ, ਇੰਨਾ ਇੰਨਾ ਬਹੁਤ ਜਣੀ ਆਪਣੇ ਮਨ ਨੂੰ ਕਹਿ ਲਓ ਕਿ ਆਲਸ ਦੇਣ ਲਈ ਐਡੀ ਗੱਲ ਵੱਡੀ ਹੈ। ਅੰਮ੍ਰਿਤ ਵੇਲੇ ਉੱਠਣਾ, ਅਲਾਰਮ ਲਾ ਕੇ ਸੌਂਦਾ, ਜਦੋਂ ਅਲਾਰਮ ਵੱਜਦਾ ਚੱਲ ਅੱਜ ਛੱਡ ਦੇ, ਬਸ ਇੰਨਾ ਕਹਿਣ ਦੀ ਦੇਰ ਹੈ, ਮੁੜ ਕੇ ਉੱਥੇ ਹੀ ਸੌਂ ਗਿਆ। ਪਰ ਬਾਬੇ ਫਰੀਦ ਨੇ ਉਸ ਢੈਂਦੀ ਕਲਾ ਵਾਲੇ ਮਨ ਦੇ ਉੱਤੇ ਜਿੱਤ ਹਾਸਲ ਕੀਤੀ। ਉਹ ਕਹਿੰਦਾ ਨਹੀਂ, ਭਿੱਜੋ ਸਿੱਜੋ ਕੰਬਲੀ, ਅੱਲਾ ਅੱਲੋ ਵਰਸੈ ਮੇਹੋ, ਜਾਏ ਮਿਲਾਂ ਤਿੰਨਾ ਸੱਜਣਾ, ਟੁੱਟੈ ਨਾਹੀ ਨੇਹੋ। ਮੈਂ ਉਹਨੂੰ ਜਾ ਕੇ ਮਿਲਣਾ ਹੈ। ਭਗਤਾਂ ਦੀ ਬਾਣੀ ਪੜ੍ਹੋ, ਭਗਤਾਂ ਦੇ ਵਿੱਚ ਇੱਕ ਭਗਤ ਹੋਇਆ ਭਗਤ ਸੂਰਦਾਸ ਜੀ, ਉਹਨਾਂ ਦਾ ਜੀਵਨ ਮੈਂ ਪੜ੍ਹ ਰਿਹਾ ਸੀ। ਜਦੋਂ ਮੈਂ ਜੀਵਨ ਪੜ੍ਹਿਆ, ਮੈਂ ਬੁੱਕ ਨੂੰ ਕਿਤਾਬ ਨੂੰ ਸਾਈਡ 'ਤੇ ਰੱਖਿਆ, ਧਰਤੀ 'ਤੇ ਮੱਥਾ ਟੇਕਿਆ, ਯਾਦ ਕੀਤਾ ਤੁਹਾਨੂੰ ਭਗਤ ਜੀ ਤੁਸੀਂ ਕੈਸਾ ਜੀ ਸੂਰਦਾਸ ਜੀ ਦਾ। ਇੱਕ ਪੰਗਤੀ ਬਾਣੀ ਵਿੱਚ ਆਉਂਦੀ ਹੈ, ਛਾੜ ਮਨ ਹਰ ਬੇਮੁਖਨ ਕੋ ਸੰਗ, ਓਏ ਮਨਾ ਬੇਮੁਖਾਂ ਦੀ ਸੰਗਤ ਛੱਡ ਦੇ, ਕੈਸਾ ਜੀਵਨ। ਉਹਨਾਂ ਦਾ ਅਸਲ ਨਾਮ ਮਦਨ ਮੋਹਨ ਸੀ, ਅਸਲ ਰੂਪ ਵਿੱਚ ਮਦਨ ਮੋਹਨ, ਮਦਨ ਮੋਹਨ ਨਾਂ ਸੀ, ਬੜੇ ਵੱਡੇ ਵਿਦਵਾਨ, ਉਹ ਸੰਗੀਤਕਾਰ ਬੜੇ ਤਕੜੇ ਸਨ, ਕਵੀ ਬੜੇ ਤਕੜੇ ਸਨ, ਜਦ ਗਾਉਂਦੇ ਸਨ ਤੇ ਮਨ ਮੋਹ ਲਿਆ ਕਰਦੇ ਸਨ।
पर देखो अपने इतने कह लो कि विद्वान हो गए, इतने प्रसिद्ध हो गए लोगों में, उन्होंने प्रभुता हो गई, पर एक दिन मन मोहया गया, कोई मूर्त ऐसी आई सामने कि उहदे वल खिंचिया गया। एक दिन गया, दो दिन गया, फिर उस तो बाद की कीता, कहिंदा तां कम रोजदा ही हो गया, इह तां गलत हो गया। वह लड़की नूं कहण लगा, दो सलाइयां लिआई कल नूं मेरे लई, दो सलाइयां लिआई, सतसंगत अपने नेत्रां विच मार। कहण लगा, इन्हां नेत्रां नूं कोई हक नहीं कि दूजा रूप वेखे। पानी च लिखा ना, विण तुद होर जे मंगणा, सिर दुखां ते दुख। जिहनूं प्रेम है, जिस प्यारे से अनेहो, तिस आगै मर चली है त्रिग जीवन संसार, ताकै पाछै जीवन। तो गुरु के सिख दा अपने गुरु दे नाल ऐसा रिश्ता है जो लफजां नाल बयान नहीं किया जा सकता। तदे गुरु अर्जन देव जी कहिंदे, गुरे अपने उपर बल जाइए, बलिहारे जाइए, अपना आपा वार दईए जी। हाँ जी, आठ पहर हर हर जस गाइए, आठ पहर कहिंदे अठे पहर, एक दिन दा कम नहीं है, एक दिन कीता चलो जी हो गया सिमरन। आम तौर पर मनुखां दा सुभाव है, बंदा बहुत इस तरह का रस्ता चुनदा है कि जिदे विच उहनूं लगे भी बड़ी छेती मैनूं कुछ मिल जाए। तदे दुनिया विच भारत ते छड्डो, इधरले मुल्कां विच भी बड़ा कुछ चलदा है। तंत्र मंत्र विद्या वाले काले इलम वाले बहुत तुरे फिरदे आ, जिथे मर्जी देख लो जी, आह बसी करन वाला जी, आ करन वाला जी, ओ करन वाला बड़ा है, कुछ भी नहीं, कख भी। एक गल याद रखियो, जिन्हों गुरु नानक महाराज की बाणी पढ़ के, जप जी साहब पढ़ के यकीन नहीं बनया, जिसनू मूल मंत्र पढ़ के कुछ मिलया नहीं, दुनिया की किसे थां तों उहनूं कुछ नहीं मिल सकता। क्योंकि गुर जैसा नाहीं को देव, जिस मस्तक भाग सो लागा से। जो गुरु नानक दे घरों खाली चल गया, उहनूं गुरमुखो दुनिया ते भरन वाला कोई नहीं। पर इह गल मैं दावे नाल कहिंदा, जिहड़ा इस दर ते आ गया उह कदे खाली गया ही नहीं। यकीन होना चाहिए। माई आके कहिंदी, महाराज मैनू पुत्र चाहिए, औलाद चाहिए। कहिंदे तेरे तां कर्मां च नहीं लिखिया। रो पई, उदास हो गई, मेरे कर्मां च नहीं लिखिया। एक सिख नूं मिल पई भाई गुरदास नूं, कहन लगे क्यों रोंदी माई? कहिंदी महाराज दे घरों, गुरु नानक दे घरों खाली मुड़ चलियां, की होया? गुरु जी ने आख दिता, कह दिता भी माई तेरे कर्मां च नहीं लिखिया। कहिंदे फिर रोण की कड़ी गल है? जुगती दस दत्ती, दोबारा गई महाराज दे सामने, फिर खड़ गई, घोड़े ते जा रहे सन शिकार नूं। महाराज औलाद नहीं है, पुत्र दी दात मंगदी है। माई तेनूं कहा तां सी तेरे कर्मां च है नहीं। ठीक है, मैं सुन लिया, मेरे कर्मां च नहीं लिखिया। कहिंदे नहीं, लो फिर हुण लिख दो, पहलां नहीं लिखिया हुण लिख दो। महाराज ने लिख दिता, हाथ कलम अगम मस्तक लिखा। उहदे हथ विच कलमां हन, प्रेम होना चाहिए। जे अगर गुरु कुछ लैना है, गुरु नानक दे घरों गुरसिख नूं मिलना है, और इसे दर ते दर कदे ना छोड़ो। दर मादे ठाडे दरबार, तुझ बिन सुरत करे को मेरी, दर्शन दीजे खोल के बार। तेरे बिना कौन है जिहड़ा मेरी बांह फड़ लेगा? कौन फड़न वाला? छड के जावे ते जावे किथे सिख? इसलिए आठ पहर कोई एक दिन नहीं, कोई सालां बाद नहीं, कदे कदाई नहीं। विपत परी हर सिमरी है, विपता पई तो गुरुद्वारे आ गए, ऐसा नहीं। हमेशा गुरु दे प्रेम विच जीना। आठ पहर हर हर जस गाइया, कहिंदे अठे पहर वाहिगुरु दा जस, ओदी सिफत सलाह गाइए, ओदा कीर्तन करिए, ओदी बाणी पढ़िए, ओदी कथा सुनिए, ओदे नाम नाल जुड़े रहिए जी। सिमरो सो प्रभ अपना स्वामी, पातशाह जी कहिंदे सिमरो सो प्रभ अपना स्वामी। भाई सिमरन करिया करो। महाराज की दा कहिंदे ओ प्रभु दा जिहड़ा अपना ही है। बाकी दुनिया दीआं चीज़ां ते गुरमुखो बंदे अधिकार कर लैंदे, आ मेरी चीज़ आ मेरा देश। एक ऐसी हस्ती है जीते हर किसी का अधिकार।
सब कोई आख है अपना, जिस नाही सोचण कढ़ी। हर कोई उन्हूं अपना समझदा है, मेरा। कोई शिकवे भी करदा है ना तां भी अपना समझ के करदा है। कोई ओ तो इनकारी भी है भी जा मैं नहीं तेनू मनदा। किसी ने कोई कह सकता है रोड ते जांदे बंदे नूं कह के दिखावे जा मैं तेनू नहीं मनदा, अगला मैं तेनू मनाउणा तू कौन आवे मैनू कहण वाला। एक परमात्मा ही है जिन्हों सारी दुनिया अपना कहती है। महाराज कहते सच्ची तेरा अपना ही है, तेरा अपना निजी रूप है। जो खोजा सो पावे, जे लभेगा तेनू लभ जाएगा मिलेगा। कहते तू दा सिमरन करिया कर, उहदे चेते विच जीआ कर, जानी उहदा चिंतन कर। सिमरना इस करके नहीं कि उहनू खुश करना, वो तो हमेशा ही खुश है। सिमरन इस करके है कि भुल गए असीं उहनू अपने आपे, ਸਾਡੇ ਆਪਣੇ ਅੰਦਰ ਬੈਠਾ। ਅਸੀਂ ਕਹਿ ਲਓ ਕਿ ਤਿਹੱਟੜੇ ਬਾਜ਼ਾਰ ਰਜੋ ਤਮੋ ਸਤੋ, ਤਿੰਨ ਗੁਣਾਂ ਦੇ ਬਾਜ਼ਾਰ ਵਿੱਚ ਫਿਰਦੇ। ਅਸੀਂ ਸੌਦਾ ਕਰਨ ਬਣ ਜਾ ਰਹੇ, ਅਸੀਂ ਤਿੰਨਾਂ ਗੁਣਾਂ ਦੇ ਮਾਇਆ ਦੇ ਬਾਜ਼ਾਰ ਵਿੱਚ ਫਿਰਦੇ ਹਾਂ। ਅਗਰ ਸ਼ਬਦ ਨਾਲ ਜੁੜ ਜਾਈਏ, ਅਗਰ ਕਿਤੇ ਸੁਰਤ ਸ਼ਬਦ ਨਾਲ ਜੁੜ ਜਾਏ ਗੁਰਮੁਖੋ, ਤੇ ਫਿਰ ਉਹ ਪਤਾ ਲੱਗੇਗਾ ਉਹ ਮੇਰਾ ਆਪਣਾ ਜਿਹੜਾ ਰੂਪ ਹੈ ਉਹ ਕਿੱਡੀਆਂ ਦਾਤਾਂ ਦਾ ਕਹਿ ਲਓ ਮਾਲਕ ਹੈ। ਗੁਰਬਾਣੀ ਵਿੱਚ ਬਾਬਾ ਜੀ ਬਾਬਾ ਰਵਿਦਾਸ ਜੀ ਨੇ ਸਮਝਾਇਆ ਵੀ ਹੈ, ਕਹਿੰਦੇ ਹੈ ਤਾਂ ਸੀ ਰਾਜਾ ਪਰ ਸੌਂ ਗਿਆ, ਜਿਉਂ ਇਹਨੂੰ ਸੁਪਨਾ ਆਇਆ ਭਿਖਾਰੀ ਬਣ ਗਿਆ। ਰਾਜਾ ਸੁਪਨੇ ਵਿੱਚ ਭਿਖਾਰੀ ਬਣਿਆ ਫਿਰਦਾ। ਜਿਹੜਾ ਕਹਿਣਾ ਸਿਮਰਨ ਕਰ ਯਾਦ ਕਰ, ਉਹਦਾ ਮਤਲਬ ਹੈ ਜਾਗ, ਆਪਣੇ ਰਾਜ ਨੂੰ ਸਾਂਭ। ਤੂੰ ਰਾਜਾ ਹੈ, ਤੂੰ ਭਿਖਾਰੀ ਨਹੀਂ। ਭੀਖ ਮੰਗਦਾ ਫਿਰਦਾ ਥਾਂ ਥਾਂ ਤੇ, ਦੁੱਕੀਆਂ ਤਿੱਕੀਆਂ ਇਕੱਠੀਆਂ ਕਰਦਾ ਫਿਰਦਾ, ਕੋਈ ਦਿੰਦਾ ਵੀ ਨਹੀਂ ਰੁਲਦੇ ਫਿਰਦਿਆਂ ਨੂੰ। ਮਹਾਰਾਜ ਕਹਿੰਦੇ ਤੂੰ ਜਾਗੇਗਾ ਤੈਨੂੰ ਪਤਾ ਲੱਗੇਗਾ ਕਿ ਤੂੰ ਕੀ ਹੈ, ਤੂੰ ਉਸ ਸ਼ਹਿਜ਼ਾਦਾ ਹੈ ਉਸ ਸ਼ਹਿਨਸ਼ਾਹ। ਬਾਬਾ ਰਵਿਦਾਸ ਜੀ ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਸ਼ਤਰਾਜ ਬਿਸ਼ਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਉਹ ਹਾਲਤ ਹੈ। ਇਸ ਲਈ ਸਤਿਗੁਰੂ ਜੀ ਕਹਿੰਦੇ ਉਸ ਸੁਆਮੀ ਨੂੰ ਆਪਣੇ ਪ੍ਰਭੂ ਨੂੰ ਸਿਮਰਨਾ ਕਰੋ ਜੀ। ਸਗਲ ਕਟਾ ਕਾ ਅੰਤਰ ਜਾਮੀ, ਗੁਰਮੁਖੋ ਉਹ ਵਾਹਿਗੁਰੂ ਪਰਮਾਤਮਾ ਸਾਰੀਆਂ ਕਟਾਂ ਦਾ ਜਾਣਨ ਵਾਲਾ ਹੈ, ਦਿਲਾਂ ਦੀਆਂ ਜਾਣਨ ਵਾਲਾ ਹੈ। ਹੋਰ ਕੋਈ ਜਾਣੇ ਕੋਈ ਨਾ ਜਾਣੇ, ਪਰ ਉਹ ਜਾਣਦਾ ਹੈ, ਉਹਨੂੰ ਪਤਾ ਹੈ। ਜਦੋਂ ਉਹਦੇ ਦਰ 'ਤੇ ਜਾਓਗੇ ਨਾ ਤੇ ਫਿਰ ਉਹ ਜਾਣੇਗਾ। ਦੁਨੀਆਂ ਦੇ ਕੋਲ ਜਾਓਗੇ, ਬਾਬਾ ਜੀ ਕਹਿੰਦੇ ਦੁਖੀਆ ਦਰਦ ਵੰਦ ਦਰ ਆਇਆ। ਬਾਬਾ ਰਵਿਦਾਸ ਜੀ ਦਾ ਸ਼ਬਦ ਹੈ, ਬਹੁਤ ਪਿਆਸ ਜਵਾਬ ਨਾ ਪਾਇਆ, ਸੋ ਕਤ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ, ਕਿਉਂ ਜਾਣੋ ਕਿਉਂ ਕਰ ਗਤ ਮੇਰੀ। ਮੈਂ ਤਾਂ ਦੁਖੀਆ ਦਰਦਾਂ ਵਾਲਾ ਤੇਰੇ ਦਰ 'ਤੇ ਆਇਆ, ਬਹੁਤ ਪਿਆਸ ਦਾ ਮਾਰਿਆ ਘੁੰਮਦਾ ਰਿਹਾ, ਪਰ ਕਿਸੇ ਅੱਜ ਤੱਕ ਬਾਂਹ ਨਹੀਂ ਫੜੀ। ਅੱਗੋਂ ਕਿਸੇ ਨੇ ਆਖਿਆ ਨਹੀਂ ਦੱਸ ਕੀ ਦੁੱਖ ਹੈ ਤੈਨੂੰ, ਪਰ ਕੋਈ ਜਾਣੇ ਵੀ ਕੀ ਕਿਸੇ ਦੀ ਪੀੜ। ਜਿਨ੍ਹਾਂ ਅੰਦਰ ਕਿਸੇ ਦਾ ਦਰਦ ਹੈ ਨਹੀਂ, ਅਹਿਸਾਸ ਹੈ ਨਹੀਂ, ਦਇਆ ਹੈ ਨਹੀਂ, ਕਿਵੇਂ ਜਾਣੇ। ਰਵਿਦਾਸ ਜੀ ਕਹਿੰਦੇ ਹੁਣ ਤੇਰੀ ਸ਼ਰਨ ਆ ਗਿਆ, ਬਸ ਹੁਣ ਮੈਨੂੰ ਨਹੀਂ ਪਤਾ ਤੂੰ ਮੇਰਾ ਕਿਵੇਂ ਉਧਾਰ ਕਰਨਾ। ਇਹ ਨਹੀਂ ਕਿ ਆਹ ਬਹਾਨਾ ਲਾ ਦਿੱਤਾ ਤੇਰੇ 'ਚ ਆਹ ਕਮੀ ਹੈ, ਜਿਵੇਂ ਆਫਿਸਾਂ 'ਚ ਜਾਈਏ ਨਾ ਕੰਮ ਕਰਨਾ ਹੋਵੇ, ਆਹ ਕਾਗਜ਼ ਘੱਟ ਹੈ ਆਹ ਘੱਟ ਹੈ, ਜਦੋਂ ਕਰਨਾ ਹੋਵੇ ਕਹਿੰਦੇ ਲਿਆ ਆਪੇ ਕਰ ਲਾਂਗੇ ਇਕੱਠੇ, ਤੇਰਾ ਕੰਮ ਸ਼ੁਰੂ ਕਰਤਾ ਆਹ ਕਾਗਜ਼ ਲਿਆ ਦੀ ਲਾ ਦਾਂਗੇ ਕੰਮ ਚੱਲੂਗਾ, ਹੁੰਦਾ ਨਾ। ਕਹਿੰਦੇ ਮੇਰੇ 'ਚ ਬਥੇਰੀਆਂ ਕਮੀਆਂ, ਮੈਨੂੰ ਪਤਾ ਵੀ ਨਹੀਂ ਕੰਮ ਕਿਵੇਂ ਹੋਊ, ਪਰ ਤੂੰ ਕਰਨ ਵਾਲਾ ਮੈਨੂੰ ਪਤਾ ਇੱਥੋਂ ਕੰਮ ਹੁੰਦਾ। ਇਹ ਆਸ ਰੱਖ ਕੇ ਜਦੋਂ ਉਹਦੇ ਘਰ 'ਤੇ ਜਾਈਏ ਫਿਰ ਉਹ ਜਾਣਦਾ ਉਹਨੂੰ ਭੁੱਲੀ ਕਿਤੇ ਗੱਲ, ਪਰ ਉਹਨੂੰ ਧੋਖੇ ਨਾਲ ਨਹੀਂ, ਛਲਾਵੇ ਨਾਲ ਨਹੀਂ, ਜ਼ੋਰ ਨਾਲ ਨਹੀਂ, ਹਿਕਮਤ ਨਾਲ ਨਹੀਂ, ਪ੍ਰੇਮ ਦੀ ਖੇਡ ਹੈ, ਅੰਦਰ ਦੀਆਂ ਜਾਣਨ ਵਾਲਾ ਹੈ। ਰਹਾਉ ਵਿਸ਼ਰਾਮ ਦੇ ਕੇ ਸਮਝਾ ਰਹੇ ਹਨ। ਚਰਨ ਕਮਲ ਸਿਉਂ ਲਾਗੀ ਪ੍ਰੀਤ, ਕਹਿੰਦੇ ਉਸ ਵਾਹਿਗੁਰੂ ਦੇ ਸੋਹਣੇ ਚਰਨਾਂ ਦੇ ਨਾਲ, ਕਮਲ ਦੀ ਤਰ੍ਹਾਂ ਕੋਮਲ ਚਰਨਾਂ ਦੇ ਨਾਲ, ਸੁਗੰਧੀ ਵਾਲੇ ਚਰਨਾਂ ਦੇ ਨਾਲ ਮੇਰੀ ਪ੍ਰੀਤ ਲੱਗ ਗਈ ਹੈ। ਸਾਚੀ ਪੂਰਨ ਨਿਰਮਲ ਰੀਤ, ਕਹਿੰਦੇ ਸੱਚੀ ਪੂਰਨ ਨਿਰਮਲ ਰੀਤੀ ਇਹੀ ਹੈ,
सब तो सच्ची रीत भी यही है। हुण रीत शब्द है ना जिहड़ा ये अनवे करके आ जाएगा, जिहड़ी तिन्ने शब्दां नाल आएगा, सच्ची रीत, पूर्ण रीत, निर्मल रीत। रीत जिहड़ी मर्यादा, ढंग, तरीका। कहिंदे सच्चा तरीका यही है कि चरण कमल सिउं लागी प्रीत, यही सच्चा तरीका है। पूर्ण रीत, पूर्ण तरीका भी यही है, चरणा नाल प्यार लग जाना। निर्मल पवित्र रीत भी यही है, उहदे चरणा नाल प्यार पै जाना। बस ए तो उत्ते जणी, ए तो पूर्ण, ए तो निर्मल, ए तो सच्ची कोई होर रीत मर्यादा है नहीं। असीं लभदे फिरदे जी, कोई युक्ति दस दो, कोई रीत दस दो जी, कोई राह दस दो। गुरु अर्जन देव जी ने दस दिता, कहिंदे जी उहदे चरणा नाल प्यार लग जाना ए सच्ची निर्मल रीत है। ਉਹ ਕਿਵੇਂ ਲੱਗਦਾ ਹੈ ਉਹ ਦੱਸ ਦਿੱਤਾ। ਕਹਿੰਦੇ ਗੁਰ ਆਪਣੇ ਉੱਪਰ ਬਲ ਜਾਈਏ, ਆਠ ਪਹਿਰ ਹਰ ਹਰ ਜਸ ਗਾਈਏ। ਆਪਣੇ ਗੁਰੂ ਨਾਲ ਪਿਆਰ ਹੋਣਾ, ਆਪਣੇ ਗੁਰੂ ਤੋਂ ਬਲਿਹਾਰੇ ਜਾਣ, ਜਿਹਨਾਂ ਨੂੰ ਪਿਆਰ ਹੈ ਭੱਜੇ ਆਉਂਦੇ ਸਾਸ। ਮੈਂ ਇੱਦਾਂ ਦੇ ਬੰਦੇ ਵੀ ਵੇਖੇ ਹੈ। ਅਸੀਂ ਸੇਵਾ ਕਰਦੇ ਨਾ ਗੁਰੂ ਘਰਾਂ ਵਿੱਚ, ਸੱਚ ਜਾਣੇ ਲੋਕੀ ਤਾਂ ਸੁਣਦੇ ਆ ਵੀ ਆਪਾਂ ਸੁਣੀਏ ਕੀ ਕਹਿੰਦੇ ਆ। ਕਈ ਬੰਦੇ ਮੈਂ ਵੇਖਿਆ, ਉਹਨਾਂ ਨੂੰ ਵੇਖ ਕੇ ਮੈਂ ਆਪਣੇ ਆਪ ਨੂੰ ਲਾਹਣਤਾਂ ਪਈਆਂ। ਮੈਂ ਕਿਹਾ ਵੀ ਇਹ ਬੰਦੇ ਸਰੋਤੇ ਹੈ, ਮੈਂ ਕੋਲ ਬੈਠਾ ਤੇ ਕੋਲ ਬੈਠਾ ਵੀ ਮੈਂ ਕਦੇ ਕਦੇ ਜੀ ਕਰਦਾ ਵੀ ਅੱਜ ਛੱਡ ਖੈਰਾ, ਅੱਜ ਕਿਸੇ ਹੋਰ ਨੂੰ ਕਹਿ ਦਈਏ ਸੇਵਾ। ਇਹ ਬੰਦੇ ਬਿਮਾਰ ਵੀ ਹੈ, ਢਿੱਲੇ ਮੱਠੇ ਵੀ ਹੈ। ਇੱਕ ਬੰਦੇ ਸੱਟ ਵੱਜ ਗਈ ਪੈਰ ਨੂੰ, ਪੈਰ ਨਾ ਮੁਸੇ ਉਹਦਾ, ਇੱਦਾਂ ਇੱਦਾਂ ਸਿੱਧਾ ਹੀ ਕਰਕੇ ਲੱਤ ਬੈਠਾ, ਪਰ ਉਹ ਫੇਰ ਵੀ ਆਉਂਦਾ। ਆ ਕੇ ਉਹ ਰੋਜ਼ ਬੈਠਦਾ, ਉਹਨੂੰ ਤਨਖਾਹ ਵੀ ਨਹੀਂ ਮਿਲਦੀ। ਉਹਨੇ ਕੀਰਤਨ ਵੀ ਸੁਣਨਾ, ਉਹਨੇ ਕਥਾ ਵੀ ਸੁਣਨੀ, ਉਹਨੇ ਅਰਦਾਸ 'ਚ ਵੀ ਹਾਜ਼ਰੀ ਲਵਾਉਣੀ। ਅਤੇ ਫਿਰ ਇਹ ਜਦੋਂ ਚੀਜ਼ਾਂ ਵੇਖਦੇ ਹਾਂ ਨਾ ਜੀ, ਫਿਰ ਪਤਾ ਲੱਗਦਾ ਵੀ ਉਹਨਾਂ ਦਾ ਸੱਚੀ ਉਹ ਅਸਲ ਪਿਆਰ ਕਰਨ ਵਾਲੇ ਬੰਦੇ। ਅਸੀਂ ਵਪਾਰੀ ਲੋਕ, ਮਹਾਰਾਜ ਕਹਿੰਦੇ ਹਰ ਕੇ ਨਾਮ ਕੇ ਵਪਾਰੀ, ਅਸਲੀ ਵਪਾਰੀ ਬਣੀਏ ਗੁਰਮੁਖੋ। ਇਹ ਆ ਅੱਠੇ ਪਹਿਰ ਉਹਦਾ ਜਸ ਗਾਉਣਾ। ਮਹਾਰਾਜ ਕਹਿੰਦੇ ਇਹ ਰੀਤ, ਇਹ ਮਰਿਆਦਾ, ਇਹ ਰਾਹ ਹੈ, ਅਤੇ ਜਿਹੜੇ ਤੇ ਚੱਲਦੇ ਆ ਉਹਨਾਂ ਵਿੱਚ ਥੋੜ੍ਹੇ ਟਾਈਮ ਵਿੱਚ ਹੀ ਸਹਿਜ, ਟਕਾ, ਪ੍ਰੇਮ, ਬਖਸ਼ਿਸ਼ਾਂ, ਉਹ ਕੁਝ ਉਹਨਾਂ ਨੂੰ ਮਿਲਦਾ ਜਿਹੜਾ ਸਾਧਸੰਗ ਸਾਡੇ ਵਰਗੇ ਸਾਰੀ ਜ਼ਿੰਦਗੀ ਲਾ ਕੇ ਵੀ ਨਹੀਂ ਪ੍ਰਾਪਤ ਕਰ ਸਕਦਾ। ਸੰਤ ਤਾਤਰ ਸਿੰਘ ਜੀ ਮਹਾਂਪੁਰਸ਼ਾਂ ਮਸਤਾਣੇ ਵਾਲਿਆਂ ਨੇ ਪੁੱਛਿਆ ਸੀ ਪ੍ਰੋਫੈਸਰ ਗੰਗਾ ਸਿੰਘ, ਇੱਕ ਦਿਨ ਉਹਨੇ ਦਸਮ ਦੁਆਰ ਉੱਤੇ ਬੋਲਿਆ, ਬੜਾ ਚੌਥੇ ਪਦ 'ਤੇ ਬੋਲਿਆ, ਬੜਾ ਕੁਝ ਬੋਲਿਆ। ਸੰਤ ਤਤਰ ਸਿੰਘ ਜੀ ਮਸਤਵਾਣੇ ਵਾਲਿਆਂ ਨੇ ਉਹ ਵੀ ਸੁਣਦੇ ਸਨ, ਸੁਣਦੇ ਰਹੇ। ਅਗਲੇ ਦਿਨ ਕਹਿਣ ਲੱਗੇ, ਕਹਿੰਦੇ ਸੰਤ ਗਿਆਨੀ ਜੀ ਬਹੁਤ ਸੋਹਣਾ ਬੋਲੇ ਤੁਸੀਂ। ਹੁਣ ਲੱਗਿਆ ਕਹਿੰਦੇ ਵੀ ਸ਼ਾਇਦ ਪ੍ਰਭਾਵਿਤ ਹੋ ਗਏ ਮੇਰੇ। ਪਰ ਸੰਤਾਂ ਨੇ ਆਖਿਆ ਦੇਖ ਰਸ ਮਾਣਿਆ ਕਦੇ ਉਸ ਚੀਜ਼ ਦਾ, ਪਤਾ ਵੀ ਹੈ। ਕਹਿੰਦਾ ਜੀ ਮੈਂ ਬੋਲ ਤਾਂ ਉਹਦੇ ਬਾਰੇ ਬਹੁਤ ਕੁਝ ਸਕਦਾ, ਪਰ ਮੈਨੂੰ ਪਤਾ ਕੁਛ ਨਹੀਂ ਉਹਦੇ ਬਾਰੇ। ਉਹਨੇ ਆਖਿਆ ਮਸਕੀਨ ਜੀ ਵੀ ਸੁਣਾਉਂਦੇ ਹੁੰਦੇ, ਮਸਕੀਨ ਜੀ ਵੀ ਇਹ ਦੱਸਦੇ ਸਨ। ਅਤੇ ਇਹ ਸੰਤ ਅਤਰ ਸਿੰਘ ਮਸਤਵਾਣੇ ਵਾਲਿਆਂ ਨਾਲ ਵੀ ਹੋਈ ਘਟਨਾ। ਪਰ ਉਹਨਾਂ ਪੁੱਛਿਆ ਜੀ ਦੱਸ ਦਿਓ ਫਿਰ ਤੁਸੀਂ, ਉਹਨੇ ਅੱਗੋਂ ਆਖਿਆ। ਉਹਨਾਂ ਆਖਿਆ ਗਿਆਨੀ ਜੀ ਫਿਰ ਦੱਸਿਆਂ ਦੱਸਿਆਂ ਨਹੀਂ ਆਉਂਦਾ, ਚਖਿਆ ਹੀ ਪਤਾ ਲੱਗਦਾ। ਉਹ ਦੱਸਣ ਦਾ ਵਿਸ਼ਾ ਨਹੀਂ, ਦੱਸਦਿਆਂ ਦੂਰ ਦੂਰ ਗੱਲਾਂ ਜਾਂਦੀਆਂ ਨੇ। ਜਿੰਨਾ ਵੀ ਦੱਸੀਏ, ਜਿੰਨਾ ਵੀ ਯਤਨ ਕਰੇ ਕੁਝ ਦੱਸ ਦਈਏ, ਜਿੰਨਾ ਕੁ ਕਹਿੰਦੇ ਹਾਂ ਪਤਾ ਲੱਗਦਾ ਉਹਨੂੰ, ਉਦੋਂ ਕਿਤੇ ਹੋਰ ਉਪਰੇ ਪਿਆ। ਹਮ ਕਿਆ ਗੁਣ ਤੇਰੇ ਵਿਥਰੈ ਸੁਆਮੀ, ਤੂੰ ਅਪਰ ਅਪਾਰੋ ਰਾਮ ਰਾਜ। ਕਹਿੰਦੇ ਇਹੀ ਨਿਰਮਲ ਰੀਤ ਹੈ ਪ੍ਰੇਮ ਵਾਲੀ। ਸੰਤ ਪ੍ਰਸਾਦ ਵਸੈ ਮਨ ਮਾਹੀ, ਗੁਰਮੁਖਾਂ ਦੀ ਪ੍ਰਸਾਦ ਕਿਰਪਾ, ਸੰਤ ਜਨਾਂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਨਾਲ ਇਹ ਪਰਮੇਸ਼ਰ ਮਨ ਵਿੱਚ ਵਸਦਾ ਪਿਆਰਿਓ। ਫਿਰ ਇਹਦਾ ਪ੍ਰੇਮ ਮਨ ਵਿੱਚ ਵਸਦਾ ਹੈ। ਜਨਮ ਜਨਮ ਕੇ ਕਿਲ ਵਿਖ ਜਾਹੀ, ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਜਨਮ ਜਨਮ ਕੇ ਕਿਲ ਵਿਖ ਜਾਹੀ, ਇੱਦਾਂ ਕਰਨ ਦੇ ਨਾਲ ਫਿਰ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਪਤਾ ਵੀ ਨਹੀਂ ਲੱਗਦਾ ਕਿ ਬੰਦਾ ਇਸ ਜਨਮ 'ਚ ਜਾਂ ਅਗਲੇ ਜਨਮ 'ਚ ਕਿੱਥੋਂ ਕਿੱਥੋਂ ਕੀ ਕਰਦਾ ਫਿਰਦਾ ਕੋਈ ਪਤਾ। ਕਈ ਵਾਰ ਇਸ ਜਨਮ ਦਾ ਪਤਾ ਹੀ ਨਹੀਂ ਲੱਗਦਾ ਵੀ ਇਸ ਜਨਮ 'ਚ ਕੋਈ ਪਾਪ ਕੀਤਾ। ਪਰ ਕਈ ਵਾਰ ਐਸਾ ਇੱਕ ਕਥਾ ਪ੍ਰਮਾਣ ਸਾਗਰ ਵਿੱਚ ਇੱਕ ਸਾਖੀ ਮਿਲਦੀ ਹੈ, ਹਿੰਦੂ ਸਾਹਿਤ ਨਾਲ ਸੰਬੰਧਿਤ ਆ ਉਹ।
ਉਹ ਕਹਿੰਦੇ ਸਭਾ ਲੱਗੀ ਸੀ ਇਸ ਤਰੀਕੇ ਕਿਤੇ ਸੰਤ ਜਨ ਬੈਠੇ ਸੀ ਸ਼੍ਰੀ ਰਾਮ ਚੰਦਰ ਜੀ ਹੱਸ ਪਏ ਜਦੋਂ ਰਾਮ ਚੰਦਰ ਜੀ ਹੱਸੇ ਇੱਕ ਕੀੜਾ ਜਾ ਰਿਹਾ ਸੀ ਲੰਗੜਾ ਕੇ ਪਿਛਲੀਆਂ ਟੰਗਾਂ ਉਹਦੀਆਂ ਟੁੱਟੀਆਂ ਹੋਈਆਂ ਸਨ ਸਭਾ ਵਿੱਚ ਬੈਠੇ ਆਚਾਰੀਆ ਜੀ ਨੇ ਆਖਿਆ ਹੇ ਕ੍ਰਿਸ਼ਨ ਹੇ ਰਾਮ ਜੀ ਤੁਸੀਂ ਮਰਿਆਦਾ ਪੁਰਸ਼ੋਤਮ ਹੋ ਤੁਹਾਨੂੰ ਹੱਸਣਾ ਨਹੀਂ ਚਾਹੀਦਾ ਉਹਦੇ ਉੱਤੇ ਕਿਉਂ ਹੱਸੇ ਉਹ ਕਹਿੰਦਾ ਜੀ ਮੈਂ ਕੀੜੇ ਨੂੰ ਵੇਖ ਕੇ ਹੱਸਿਆ ਉਹ ਕਹਿੰਦੇ ਇਹ ਤਾਂ ਹੋਰ ਮਾੜੀ ਗੱਲ ਤੂੰ ਸਭਾ 'ਚ ਹੱਸਿਆ ਦੂਜਾ ਇੱਕ ਵਿਚਾਰੇ ਮਜ਼ਬੂਰ ਕੀੜੇ 'ਤੇ ਹੱਸਿਆ ਉਹਦੀਆਂ ਲੱਤਾਂ ਟੁੱਟੀਆਂ ਇਹ ਤਾਂ ਉਦੋਂ ਵੀ ਮਾੜੀ ਗੱਲ ਹੈ ਕਿਉਂ ਹੱਸਿਆ ਕੀ ਕਾਰਨ ਉਹਨੇ ਆਖਿਆ ਜੀ ਮੈਂ ਕੀੜੇ ਨੂੰ ਇਸ ਕਰਕੇ ਵੇਖ ਕੇ ਹੱਸਿਆ ਪ੍ਰਭੂ ਦੀ ਲੀਲਾ ਵੀ ਦੇਖੋ ਇਹ ਕਿੱਡੀ ਵੱਡੀ ਪਦਵੀ ਦਾ ਮਾਲਕ ਸੀ ਕਹਿੰਦੇ ਕਿੱਡੀ ਕਹਿੰਦੇ ਜੀ ਇਹ ਜਿਹੜਾ ਕੀੜਾ 14 ਵਾਰ ਸਵਰਗ ਦਾ ਰਾਜਾ ਇੰਦਰ ਰਹਿ ਚੁੱਕਿਆ ਬੋਲੋ ਸਤਨਾਮ ਸ਼੍ਰੀ ਸਾਰੇ ਦੇਵੀ ਦੇਵਤੇ ਜੀ ਦੇ ਅੰਡਰ ਸਾਰੇ ਦੁਨੀਆਂ ਦੇ ਸੁੱਖ ਉਹਨਾਂ ਸੁੱਖਾਂ ਦੇ ਬਰਾਬਰ ਵੀ ਨਹੀਂ ਪਹੁੰਚ ਸਕਦੇ ਜਿੱਥੇ ਕਲਪ ਤਰ ਬ੍ਰਿਸ਼ ਕਾਮ ਤੇਨ ਗਾਂ ਜਿਸ ਜਗ੍ਹਾ ਤੇ ਅਪਸਰਾਵਾਂ ਨੇ ਜਿੱਥੇ ਜੋ ਸੋਚਣਾ ਹੋ ਜਾਣਾ ਉਹ ਸਭ ਕੁਝ ਇਹਨੂੰ ਪ੍ਰਾਪਤ ਸੀ ਪਰ ਗੁਰਮੁਖੋ ਫਿਰ ਕਰਮਾਂ ਦੇ ਹਿਸਾਬ ਨਾਲ ਫਿਰ ਥੱਲੇ ਡਿੱਗ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰਮੁਖੋ ਜਨਮ ਜਨਮ ਕੀ ਕਿਲ ਵਿਖ ਜਾਈਏ ਕਿਸ ਚੀਜ਼ ਇਹ ਕਿਹੜੀ ਚੀਜ਼ ਬੰਦੇ ਨੂੰ ਘੁਮਾਉਂਦੀ ਫਿਰਦੀ ਕਹਿੰਦੇ ਕਿਲ ਵਿਖ ਕੀਤੇ ਪਾਪ ਪਾਪਾਂ ਪੁੰਨਾਂ ਦਾ ਘੋਲ ਹੈ ਕਦੇ ਪਾਪ ਜਿੱਤ ਜਾਂਦੇ ਫਿਰ ਡਿੱਗ ਜਾਂਦਾ ਬੰਦਾ ਕਦੇ ਪੁੰਨ ਜਿੱਤ ਜਾਂਦੇ ਫਿਰ ਉੱਤੇ ਆ ਜਾਂਦਾ ਤੇ ਗੁਰੂ ਦੀ ਕਿਰਪਾ ਨਾਲ ਪਾਪਾਂ ਪੁੰਨਾਂ ਤੋਂ ਉੱਤੇ ਉੱਠ ਜਾਂਦਾ ਪਾਪ ਮੁੱਕ ਜਾਂਦੇ ਪੁੰਨਾਂ ਦੀ ਹਉਮੈ ਮੁੱਕ ਜਾਂਦੀ ਵੀ ਮੈਂ ਕਰਨ ਵਾਲਾ ਕਰਦਾ ਚੰਗੇ ਕੰਮ ਹੈ ਪਰ ਉਹ ਪੁੰਨਾਂ ਦੀ ਹਉਮੈ ਛੱਡ ਦਿੰਦਾ ਫਿਰ ਗੁਰੂ ਦੀ ਕਿਰਪਾ ਨਾਲ ਗੁਰਮੁਖੋ ਫਿਰ ਉਹ ਪਰਮ ਪਦਵੀ ਦਾ ਮਾਲਕ ਬਣ ਜਾਂਦਾ ਨਰਕ ਸੁਰਗ 'ਚ ਨਹੀਂ ਜਾਂਦਾ ਕਹਿੰਦੇ ਨਰਕ ਸੁਰਗ 'ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ ਇਉਂ ਕਹਿੰਦੇ ਹਨ ਮਹਾਰਾਜ ਕਹਿੰਦੇ ਜਨਮਾਂ ਜਨਮਾਂਤਰਾਂ ਦੇ ਪਾਪ ਕਿਲ ਵਿਖ ਭੈੜੇ ਬੱਜਰ ਪਾਪ ਚਲੇ ਜਾਂਦੇ ਹਨ ਕਰ ਕਿਰਪਾ ਪ੍ਰਭ ਦੀਨ ਦਇਆਲਾ ਹੇ ਪ੍ਰਭੂ ਦੀਨਾਂ ਤੇ ਗਰੀਬਾਂ ਤੇ ਦਇਆਲਾ ਦਇਆ ਕਰਨ ਵਾਲੇ ਮੇਰੇ ਮਾਲਕ ਸਾਡੇ ਤੇ ਵੀ ਕਿਰਪਾ ਕਰਦੇ ਨਾਨਕ ਮੰਗੈ ਸੰਤ ਰਵਾਲਾ ਪਾਤਸ਼ਾਹ ਜੀ ਕਹਿੰਦੇ ਮੈਂ ਤੇਰੇ ਅੱਗੇ ਬੇਨਤੀ ਕਰਦਾ ਮੈਨੂੰ ਸੰਤ ਜਨਾਂ ਦੀ ਰਵਾਲ ਧੂੜੀ ਬਣਾ ਦੇ ਤੇਰੇ ਪਿਆਰਿਆਂ ਦੀ ਧੂੜੀ ਮੈਨੂੰ ਦੇ ਗੁਰਮੁਖੋ ਜ਼ਿੰਦਗੀ ਵਿੱਚ ਕਈ ਵਾਰ ਸਾਰੀ ਜ਼ਿੰਦਗੀ ਕੋਈ ਰੱਬ ਦਾ ਪਿਆਰਾ ਮਿਲਦਾ ਹੀ ਨਹੀਂ ਸੱਚੀ ਗੱਲ ਪਖੰਡੀ ਓ ਮਿਲੀ ਜਾਂਦੇ ਠੱਗੇ ਮਿਲੀ ਜਾਂਦੇ ਇੱਦਾਂ ਦੇ ਹੀ ਬੰਦੇ ਮਿਲੀ ਜਾਂਦੇ ਹੁਣ ਤੇ ਮੈਂ ਇਸ ਤਰ੍ਹਾਂ ਦਾ ਮਾਹੌਲ ਦੇਖ ਰਿਹਾ ਸਾਡੇ ਬੰਦਿਆਂ ਦੇ ਕੋਲ ਬੈਠਣਾ ਧਾਰਮਿਕ ਲਿਬਾਸ ਵਾਲੇ ਬੰਦਿਆਂ ਕੋਲ ਬੈਠ ਕਿਉਂ ਲੱਗਦਾ ਵੀ ਇਹ ਨਾਮ ਦੀ ਕਦੇ ਗੱਲੇ ਹੀ ਨਹੀਂ ਕਰਦੇ ਪਤਾ ਨਹੀਂ ਕੀ ਹੋ ਗਿਆ ਨਾ ਹੋਰੇ ਗੱਲਾਂ ਤਜਰਬਾ ਹੋ ਜਾਂਦਾ ਤੁਹਾਡਾ ਬਿਰਲੇ ਮਿਲਦੇ ਆ ਬਹੁਤ ਬਿਰਲੇ ਜਿਵੇਂ ਇੱਥੇ ਤੁਹਾਡੇ ਹੈਡ ਗ੍ਰੰਥੀ ਸਾਹਿਬ ਹੈ ਗਿਆਨੀ ਅੰਗਰੇਜ਼ ਸਿੰਘ ਨੇ ਨਾ ਇਹਨਾਂ ਕੋਲ ਬੈਠੋਗੇ ਤਾਂ ਵੀ ਪਤਾ ਲੱਗਦਾ ਵੀ ਇਹ ਅੰਦਰੋਂ ਜੁੜੇ ਹੋਏ ਗੁਰੂ ਸਾਹਿਬ ਨਾਲ ਇਹ ਗੱਲ ਮੈਂ ਸੱਚੀ ਗੱਲ ਇਹ ਗੱਲ ਕਹਿ ਰਿਹਾ ਆਮ ਤੌਰ ਤੇ ਸਾਡੇ ਬੰਦਿਆਂ ਕੋਲ ਬੈਠਦੇ ਇਉਂ ਜੀ ਕਰਦਾ ਵੀ ਕਦੇ ਬੈਠੋ ਨਾ ਇਹਨਾਂ ਕੋਲ ਸ਼ਰਧਾ ਹੀ ਹੈ ਇਹੋ ਜਿਹਾ ਕੀ ਹੋ ਗਿਆ ਕਾਰਨ ਇਹ ਨਾ ਤੇ ਉਹਨਾਂ ਨੂੰ ਕਦੇ ਨਾਮ ਵਾਲਾ ਕੋਈ ਮਿਲਿਆ ਜੀਵਨ ਵਾਲਾ ਸਾਡੇ ਵਰਗੇ ਬੰਦੇ ਚਲੋ ਮਜਬੂਰੀਆਂ ਕਰਦੀਆਂ ਸਭ ਨੂੰ ਹੁੰਦੀਆਂ ਜੀ ਘਰਾਂ ਦੀਆਂ ਮਜਬੂਰੀਆਂ ਕਰਕੇ ਇਸ ਰਾਹ 'ਤੇ ਚੱਲ ਪੈਂਦੇ ਨਾ ਕਦੇ ਸਮਝ ਲੱਗਦੀ ਬਾਣੀ ਨੂੰ ਪ੍ਰੇਮ ਨਾਲ ਨਹੀਂ ਪੜ੍ਹਦੇ ਪਤਾ ਨਹੀਂ ਲੱਗਦਾ ਵੀ ਕੁਛ ਕਹਿੰਦੀ ਵੀ ਆ ਬੋਲਦਾ ਬਾਬਾ ਇਹਦੇ ਰਾਹੀਂ ਪਰ ਜਦੋਂ ਜਿਨ੍ਹਾਂ ਨੂੰ ਸਮਝ ਲੱਗਦੀ ਫਿਰ ਅਤੇ ਗੁਰਮੁਖੋ ਉਹਨਾਂ ਦੇ ਕੋਲ ਬੈਠਿਆਂ ਰਾਸ ਆਉਂਦਾ ਇਸ ਤਰ੍ਹਾਂ ਦੇ ਬੰਦੇ ਵੇਖੇ ਜਾਂਦੇ ਆ ਉਹ ਨਹੀਂ ਵੀ ਉਹ ਕਿਸੇ ਹੋਰ ਦੁਨੀਆਂ 'ਚ ਵੱਸਦੇ ਫਿਰ ਇੱਥੇ ਵੀ ਵੱਸਦੇ ਇਹੋ ਜਿਹੇ ਲੋਕ ਇਹ ਵੀ ਗੱਲ ਉਹ ਫਿਰ ਉਹਨਾਂ ਦਾ ਅਹੁਦਿਆਂ ਨਾਲ ਪਦਵੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਕਿਉਂ ਕਿਸ ਪਦਵੀ 'ਤੇ ਸਵਾਇਮਾਨ ਹੈ ਉਹ ਕੋਈ ਪ੍ਰਧਾਨ ਹੈ ਕੋਈ ਉਹ ਸੈਕਟਰੀ ਹੈ ਕੋਈ ਉਹ ਗ੍ਰੰਥੀ ਸਿੰਘ ਹੈ ਜਾਂ ਕੋਈ ਸੇਵਾਦਾਰ ਹੈ ਜਾਂ ਕੋਈ ਪਾਠੀ ਸਿੰਘ ਹੈ ਫਿਰ ਉਹ ਇੱਕ ਪਾਠੀ ਵੀ ਹੋ ਸਕਦਾ ਗ੍ਰੰਥੀ ਵੀ ਹੋ ਸਕਦਾ ਹੈੱਡ ਗ੍ਰੰਥੀ ਵੀ ਹੋ ਸਕਦਾ ਕੋਈ ਸੈਕਟਰੀ ਵੀ ਹੋ ਸਕਦਾ ਜਿਹੜਾ ਨਾਮ ਨਾਲ ਜੁੜਿਆ ਜਦੋਂ ਜੁੜ ਗਿਆ ਫਿਰ ਗੁਰਮੁਖ ਸੰਤ ਬਣ ਗਿਆ ਫਿਰ ਗੁਰੂ ਨਾਨਕ ਕਹਿੰਦੇ ਫਿਰ ਮੈਂ ਕੀ ਮੰਗਦਾ ਕਹਿੰਦੇ ਨਾਨਕ ਮੰਗੈ ਸੰਤ ਰਵਾਲਾ ਕਹਿੰਦੇ ਧੂੜੀ ਨੂੰ ਉਹਨਾਂ ਗੁਰਮੁਖਾਂ ਦੀ ਫਿਰ ਧੂੜੀ ਮੰਗਦਾ ਮੈਂ ਕਹਿੰਦੇ ਖਾਕ ਮੰਗਦਾ
दान महिंदा तली खाक जे मिले तो मस्तक लगे। कहिंदे मैं उन्हां दी धूड़ी मत्थे नूं लांदा हां। सूही महला पंजवा सूही राग दे अंदर 742 अंग उत्ते ਇਹ ਸ਼ਬਦ ਆਇਆ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ ਮਹੱਲਾ ਪੰਜਵਾਂ ਤੋਂ ਭਾਵ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਉਚਾਰਨ ਹੋਇਆ ਸ਼ਬਦ ਹੈ। ਇਹ ਸ਼ਬਦ ਕਿਉਂਕਿ ਹੁਕਮਨਾਮਿਆਂ ਵਿੱਚ ਆਉਂਦਾ ਜ਼ਿਆਦਾਤਰ ਹੁਕਮਨਾਮਿਆਂ ਵਿੱਚ ਆਉਣ ਕਰਕੇ ਜ਼ਿਆਦਾਤਰ ਸੰਗਤ ਨੇ ਸ਼ਬਦ ਸੁਣਿਆ ਹੁੰਦਾ। ਰਾਗੀ ਸਿੰਘ ਵੀ ਇਸ ਤਰ੍ਹਾਂ ਦੇ ਸ਼ਬਦ ਬਹੁਤ ਪੜ੍ਹਦੇ ਆ ਕਿਉਂਕਿ ਇਹਦੇ ਅਰਥ ਬਹੁਤ ਸੁਖੈਨ ਸਮਝ ਆਉਂਦੇ, ਜਾਣੀ ਕਈ ਗੱਲਾਂ ਇਹਦੇ 'ਚ। ਸੰਗਤਾਂ ਦੇ ਵਿੱਚੋਂ ਮੈਂ ਕਈ ਵਾਰ ਵੇਖਿਆ ਸੰਗਤਾਂ ਇਹ ਸ਼ਬਦ ਨਾਲ ਨਾਲ ਗਾਉਂਦੀਆਂ ਵੀ ਆ। ਜਦੋਂ ਰਾਗੀ ਸਿੰਘ ਪੜ੍ਹਦੇ ਆ ਨਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਸੰਗਤਾਂ ਨਾਲ ਨਾਲ ਪੜ੍ਹਦੀਆਂ। ਗੁਰਮੁਖੋ ਇਹ ਸ਼ਬਦ ਬਖਸ਼ਿਸ਼ ਕੀਤਾ ਕਿ ਇਹਦੇ ਵਿੱਚ ਕੀ ਲਿਖਿਆ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਹੇ ਗੁਰੂ ਮੇਰੇ ਉੱਤੇ ਮਿਹਰ ਕਰ, ਮੈਂ ਤੇਰਾ ਦਰਸ਼ਨ ਵੇਖ ਕੇ ਜਿਉਂਦਾ ਰਵਾਂ, ਜਿਉਂਦਾ ਹੁੰਦਾ। ਗੁਰਸਿੱਖ ਜਿਉਂਦਾ ਹੀ ਗੁਰੂ ਦੇ ਦਰਸ਼ਨਾਂ ਤੋਂ। ਪਰ ਹੁਣ ਇੱਕ ਗੱਲ ਹੋਰ ਸਮਝੋ, ਇਹ ਸ਼ਬਦ ਪੜ੍ਹਨ ਨਾਲ ਜਾਂ ਸ਼ਬਦ ਕੰਠ ਵੀ ਹੋ ਜਾਏ ਤਾਂ ਗੱਲ ਬਣ ਗਈ ਕਿਤੇ? ਗੁਰਦੁਆਰੇ 'ਤੇ ਮੱਥਾ ਨਹੀਂ ਟੇਕਣ ਆਉਣਾ ਤੇ ਪੜ੍ਹੀ ਜਾਣਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ? ਇਹ ਪਹਿਲਾਂ ਤੁਹਾਡੇ ਇੱਥੇ ਇੰਗਲੈਂਡ ਵਿੱਚ ਇਹ ਨਹੀਂ ਸੀ, ਮੈਂ ਵੇਖਦਾ ਸੀ ਸੰਗਤਾਂ ਆਉਂਦੀਆਂ ਸਨ ਗੁਰੂ ਘਰ। ਹੁਣ ਇਹ ਹੋਰ ਨਹੀਂ ਕਿਤੇ ਘੱਟੋ ਘੱਟ ਪਾਰ ਕੇ, ਜਿਵੇਂ ਗਿਆਨੀ ਜੀ ਨੇ ਆਖਿਆ ਨਾ ਰੂਟੀਨ ਟੁੱਟੀ ਹੋਈ, ਸੱਚੀ ਗੱਲ ਹੈ ਰੂਟੀਨ ਟੁੱਟਦੀ ਜਾ ਰਹੀ ਹੈ ਸਾਡੀ। ਰੂਟੀਨ ਸਾਨੂੰ ਗੁਰੂ ਘਰਾਂ ਦੀ ਬਣਾਉਣੀ ਪਏਗੀ, ਸਾਨੂੰ ਯਤਨ ਕਰਨਾ ਪਏਗਾ। ਇਕੱਲਾ ਇਹ ਨਹੀਂ ਪ੍ਰਬੰਧਕਾਂ ਨੇ ਕਰਨਾ, ਅਸੀਂ ਸਾਰਿਆਂ ਨੇ ਕਰਨਾ। ਆਉਣਾ ਤਾਂ ਅਸੀਂ ਹੋ ਹੈ, ਆਉਣਾ ਤਾਂ ਸਾਨੂੰ ਪਏਗਾ। ਸ਼ਬਦ ਵਿੱਚ ਲਿਖਿਆ ਗੁਰੂ ਕਾ ਸਿੱਖ ਗੁਰੂ ਦੇ ਦਰਸ਼ਨ ਦੇਖ ਕੇ ਜਿਉਂਦਾ ਹੈ। ਗੁਰਸਿੱਖ ਅੱਜ ਕੱਲ੍ਹ ਗੁਰਦੁਆਰੇ ਮੱਥਾ ਨਹੀਂ ਟੇਕਣਾ ਚਾਹੁੰਦਾ, ਸਵੇਰ ਤੋਂ ਪਹਿਲਾਂ ਉੱਠ ਕੇ ਅਖਬਾਰ ਜ਼ਰੂਰ ਦੇਖਦਾ ਹੈ ਵੀ ਮੈਂ ਉਹ ਵੇਖਾਂ ਵੀ ਉਹ ਕੀ ਦੱਸਿਆ ਕਿਸੇ ਪੰਡਿਤ ਨੇ, ਕਿਸੇ ਸ਼ਾਸਤਰੀ ਨੇ, ਕਿਸੇ ਆਚਾਰੀਆ ਨੇ, ਕਿ ਉਹਦੇ ਵਿੱਚ ਕੀ ਲਿਖਿਆ। ਉਹ ਅਖਬਾਰਾਂ ਵਿੱਚ ਜਿਹੜੀ ਆਉਂਦੀ ਆ ਰਾਸ਼ੀ, ਹਾਲਾਂਕਿ ਮੇਰਾ ਸਬਜੈਕਟ ਵਿਸ਼ਾ ਹੋਣ ਕਰਕੇ ਸ਼ਾਸਤਰੀ ਕੀਤੀ ਮੈਂ ਪਹਿਲਾਂ, ਸ਼ਾਸਤਰੀ ਸੰਸਕ੍ਰਿਤ, ਫਿਰ ਆਚਾਰੀਆ ਕੀਤੀ ਮਾਸਟਰ ਡਿਗਰੀ ਸੰਸਕ੍ਰਿਤ ਵਿੱਚ। ਉਹ ਮੇਰੇ ਨਾਲ ਦੇ ਇਸ ਤਰ੍ਹਾਂ ਦੇ ਸਨ ਸਾਰੇ ਪੜ੍ਹਨ ਵਾਲੇ, ਮੇਰਾ ਦਰਸ਼ਨ ਸੀ, ਫਿਲੋਸਫੀ ਸੀ, ਉਹਨਾਂ ਦਾ ਆਹ ਕੰਮ ਸੀ। ਉਹ ਸਾਰੇ ਹੱਸਦੇ ਹੁੰਦੇ ਸਨ, ਮੂਰਖ ਸਮਝਦੇ ਸਨ, ਉਹ ਆਪਸ ਮੇਂ ਬੜੇ ਝਗੜਦੇ ਸਨ ਇਹ 'ਚ ਆਹ ਕਮੀ ਹੈ, ਇਹਦੇ 'ਚ ਆਹ ਕਮੀ ਹੈ, ਕਿਉਂਕਿ ਦੋ ਤਰ੍ਹਾਂ ਦੀ ਜੋਤਿਸ਼ ਵਿੱਦਿਆ ਮੰਨੀ ਜਾਂਦੀ, ਇੱਕ ਗਣਿਤ ਗਿਣਤੀ ਦੇ ਨਾਲ ਹਿਸਾਬ ਕਿਤਾਬ ਲਾਉਣਾ, ਇੱਕ ਫਲਿਤ ਲਕੀਰਾਂ ਦੇ ਹਿਸਾਬ ਨਾਲ ਲਾਉਣਾ। ਗਣਿਤ ਵਾਲੇ ਫਲਿਤ ਵਾਲੇ ਨੂੰ ਨਹੀਂ ਮੰਨਦੇ, ਫਲਿਤ ਵਾਲੇ ਗਣਿਤ ਵਾਲੇ ਨੂੰ ਨਹੀਂ ਮੰਨਦੇ, ਸਿਆਪੇ ਘੱਟ ਹੈ ਕਿਤੇ? ਇਹ ਤੁਸੀਂ ਜੰਤਰੀਆਂ ਚੁੱਕੀ ਫਿਰਦੇ, ਇਹਨਾਂ 'ਚ ਬੜਾ ਪੰਗਾ ਹੈ। ਇੱਕ ਤੇ ਉਹ ਮੰਨਦੇ, ਉਹ ਕਹਿੰਦੇ ਇਸ ਤਰੀਕੇ ਬਣੂਗੀ ਇਹਦੀ ਰਾਸ਼ੀ ਬੰਦੇ ਦੀ ਜਦੋਂ ਇਹਨੇ ਮਾਂ ਦੇ ਪੇਟ 'ਚੋਂ ਜਨਮ ਲਿਆ। ਉਹ ਐਨ ਪੂਰਾ ਸੈਕਿੰਡ ਵੀ ਅੱਗੇ ਪਿੱਛੇ ਨਹੀਂ ਹੋਣਾ ਚਾਹੀਦਾ, ਨੋਟ ਕਰ ਲੈਣਾ ਉਹਦੇ ਹਿਸਾਬ ਨਾਲ ਬਣੂ। ਦੂਜੇ ਕਹਿੰਦੇ ਨਹੀਂ ਨਹੀਂ ਇੱਦਾਂ ਥੋੜ੍ਹਾ ਹੁੰਦਾ। ਜਦੋਂ ਜਿਸ ਵੇਲੇ ਬੱਚੇ ਦਾ ਨਾਲਾ ਨਲ ਵੱਢਿਆ, ਮਾਂ ਦੇ ਨਾਲ ਜੁੜਿਆ ਹੁੰਦਾ ਨਾ ਨਾੜੂ ਆ, ਉਹਦੇ ਹਿਸਾਬ ਨਾਲ ਬਣੂਗੀ। ਫਿਰ ਦੋਵਾਂ ਦਾ ਮਿਲਾ ਕੇ ਵੇਖ ਲਿਓ, ਉਹ ਕੁਛ ਹੋਰ ਕਹੂ, ਉਹ ਕੁਛ ਹੋਰ ਕਹੂ। ਦੋ ਪੰਡਿਤਾਂ ਤੋਂ ਤੁਸੀਂ ਇੱਕ ਬੰਦੇ ਦੀ ਕਿਤੇ ਬਣਵਾ ਕੇ ਵੇਖ ਲਓ, ਜੰਤਰੀ ਦੱਸਿਓ ਨਾ ਵੀ ਇਹਦੀ ਉਹ ਤੋਂ ਵੀ ਬਣਵਾਈ ਹੈ, ਫਿਰ ਤਾਂ ਸੰਪਰਕ ਕਰ ਲੈਣਗੇ ਇੱਕ ਦੂਜੇ ਨਾਲ। ਉਹਦੀ ਕੁਝ ਹੋਰ ਕਹੂ, ਉਹਦੀ ਕੁਝ ਹੋਰ ਕਹੂ। ਪਰ ਸਿੱਖ ਇੰਨੇ ਭੋਲੇ ਜਾਂ ਇੰਨੇ ਕਹਿ ਲਓ ਕਿ ਗੁਰੂ ਤੋਂ ਪਤਾ ਨਹੀਂ ਕਿਸ ਕਰਕੇ ਦੂਰ ਜਾ ਰਹੇ ਹੈ, ਸ਼ਬਦ ਪੜ੍ਹਨਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਤੇ ਦਰਸ਼ਨ ਵੇਖਣਾ ਸਵੇਰ ਨੂੰ ਹੁੰਦਿਆਂ ਅਖਬਾਰ 'ਚ ਕੀ ਲਿਖਿਆ, ਗੁਰਦੁਆਰੇ ਆ ਕੇ ਰਾਜੀ ਨੂੰ ਮੱਥਾ ਟੇਕ ਕੇ ਰਾਜੀ। ਮੈਂ ਤੇ ਉੱਥੇ ਬੇਨਤੀ ਕੀਤੀ ਸੀ ਲੈਸਟਰ ਆਪਣੇ ਬਹੁਤ ਪਿਆਰ ਵਾਲੇ ਸਿੰਘ, ਮੈਂ ਕਿਹਾ ਵੀ ਜਿਸ ਤਰੀਕੇ ਸੰਗਤਾਂ ਦਾ ਹਾਲ ਹੈ ਨਾ ਦੇਖ ਰਿਹਾ ਵੀ ਇਹ ਸਟੇਜ ਚੁੱਕ ਕੇ ਮੈਨੂੰ ਲੱਗਦਾ ਲੰਗਰ ਚਲਾਉਣੀ ਪੈਣੀ ਆ ਸਾਨੂੰ। ਕਹਿੰਦੇ ਜੀ ਕਿਉਂ? ਮੈਂ ਕਿਹਾ ਵੀ ਲੰਗਰ ਛਕਣ ਵਾਲਿਆਂ ਦੀ ਲਾਈਨ ਨਹੀਂ ਟੁੱਟਦੀ, ਮੱਥਾ ਟੇਕਣ ਆ ਕੇ ਨਹੀਂ ਰਾਜੀ। ਕੀ ਗੱਲ, ਲਾਂਗਰੀਆਂ ਦੀ ਟੋਲੀ ਹੈ ਇਹ ਗੁਰਦੁਆਰਾ, ਪੰਗਤ ਸੰਗਤ ਦੀ ਮਰਿਆਦਾ ਹੈ ਨਾ, ਜੇ ਵਿੱਚੋਂ ਸੰਗਤ ਕੱਢ ਦੋਗੇ ਇਕੱਲੀ ਪੰਗਤ ਦਾ ਰਹਿ ਹੀ ਕੁਛ ਨਹੀਂ ਗਿਆ ਫਿਰ।
ਜੇ ਸੰਗਤ ਹੈ ਨਹੀਂ ਗੁਰਦੁਆਰੇ 'ਚ ਤਾਂ ਫਿਰ ਕੋਈ ਮਤਲਬ ਨਹੀਂ ਰਹਿ ਜਾਂਦਾ। ਪ੍ਰਸ਼ਾਦਾ ਛਕਣਾ ਤਾਂ ਕਿ ਭੁੱਖ ਨਾ ਰਹੇ ਬੰਦੇ ਨੂੰ, ਭੁੱਖ ਅੰਦਰੋਂ ਖਿੱਚ ਨਾ ਪਈ ਜਾਵੇ, ਉਹਦੀ ਸੁਰਤ ਉੱਧਰ ਨੂੰ ਨਾ ਜਾਵੇ ਰੋਟੀਆਂ ਵੱਲ ਨੂੰ ਕਿ ਮੈਂ ਭੁੱਖਾ ਹੀ ਮਰਦਾ, ਫਿਰ ਆ ਕੇ ਤ੍ਰਿਪਤ ਹੋ ਕੇ ਸੰਗਤ 'ਚ ਬਹਿ ਜਾਏ ਕਿ ਲੈ ਵੀ ਹੁਣ ਛਕ ਲਿਆ। ਕਿਉਂਕਿ ਜਿਸ ਬੰਦੇ ਨੂੰ ਭੁੱਖ ਲੱਗੀ ਉਹ ਬੰਦੇ ਦਾ ਸੁਰਤ ਨਹੀਂ ਜੁੜਦੀ ਛੇਤੀ ਪਹਿਲੀ ਅਵਸਥਾ ਵਿੱਚ। ਆਮ ਪੰਜਾਬੀ ਦੀ ਕਹਾਵਤ, ਢਿੱਡ ਨਾ ਪਈਆਂ ਰੋਟੀਆਂ, ਸਭੇ ਗੱਲਾਂ ਖੋਟੀਆਂ। ਮਹਾਤਮਾ ਬੁੱਧ ਦਾ ਜੀਵਨ ਪੜ੍ਹਦਾ ਸੀ ਮੈਂ। ਆਨੰਦ ਇੱਕ ਬੰਦੇ ਨੂੰ ਲਿਆਇਆ, ਉਹ ਉਹਨੂੰ ਦੱਸੀ ਜਾਵੇ ਨਿਰਵਾਣ ਪਦ ਕੀ ਹੈ, ਦੱਸੀ ਜਾਵੇ ਉਹ ਬੰਦੇ ਦਾ ਧਿਆਨ ਨਾ ਜੁੜੇ ਉਹਦੇ ਵੱਲ, ਉਹ ਫਿਰ ਉਹਨੂੰ ਦੱਸੇ ਮੁਕਤੀ ਕੀ ਹੈ, ਨਿਰਵਾਣ ਪਦ ਕੀ, ਉਹਦਾ ਫਿਰ ਨਾ ਜੁੜੇ। ਬੁੱਧ ਕਹਿਣ ਲੱਗਾ ਇਉਂ ਨਹੀਂ, ਕਹਿੰਦਾ ਇਹਨੂੰ ਪਹਿਲਾਂ ਰੋਟੀਆਂ ਖਵਾ, ਭੁੱਖ ਹੈ ਇਹ, ਉਹਨੂੰ ਖਵਾਈਆਂ। ਫਿਰ ਉਹਨੇ ਮਹਾਤਮਾ ਬੁੱਧ ਨੇ ਉਹਨੂੰ ਗਿਆਨ ਦਿੱਤਾ, ਉਹ ਭਿਕਸ਼ੂ ਬਣਿਆ, ਉਹਦਾ ਪ੍ਰਚਾਰਕ ਬਣਿਆ। ਉਹ ਕਹਿੰਦਾ ਵੀ ਇਹ ਕੀ, ਕਹਿੰਦਾ ਭੁੱਖਾ ਸੀ, ਇਹਦਾ ਧਿਆਨ ਉੱਧਰ ਸੀ। ਗੁਰਬਾਣੀ ਵਿੱਚ ਵੀ ਦਾਲ ਸਿੱਧਾ ਮੰਗ ਲਿਆ ਪਰ ਨਾਲੋ ਨਾਲ ਨਾਮ ਮੰਗਿਆ। ਗੁਰਮੁਖੋ ਅਸੀਂ ਦਾਲ ਸਿੱਧੇ ਜੋਗੀ ਨਾ ਰਹਿ ਜਾਈਏ, ਫਿਰ ਇਹ ਵੀ ਬੇਨਤੀ ਸੁਣੀ। ਨਾਮ ਦੀ ਗੱਲ, ਸ਼ਬਦ ਨੇ ਮੁਕਤੀ ਕਰਨੀ ਸਾਡੀ, ਗੁਰਬਾਣੀ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ। ਸ਼ਬਦ ਨਾਲ ਜੁੜਨਾ ਲਾਜ਼ਮੀ, ਇਹ ਨਿਯਮ ਬਣਾ ਦੇਣਾ ਚਾਹੀਦਾ ਕਿ ਗੁਰੂ ਘਰ ਲੰਗਰ ਪਾਣੀ ਛਕੋ ਤੁਹਾਡਾ ਹੀ ਹੈ, ਤੁਸੀਂ ਉਹ ਬਣਾਇਆ, ਤੁਹਾਡੇ ਲਈ ਹੈ। ਪਰ ਗੁਰਮੁਖੋ ਇਹਨਾਂ ਨੂੰ ਦੱਸਣਾ, ਭਾਈ ਜਦ ਲੰਗਰ ਛਕਿਆ ਤੇ ਕੀਰਤਨ ਵੀ ਸੁਣੋ 10 ਮਿੰਟ, ਸ਼ਬਦ ਵੀ ਸੁਣੋ, ਕਿਉਂਕਿ ਜਦੋਂ ਮੁਕਤੀ ਸ਼ਬਦ ਨੇ ਕਰਨੀ ਹੈ ਤੁਹਾਡੀ। ਤੇ ਗੁਰਮੁਖੋ ਇਹ ਕਰਨਾ ਚਾਹੀਦਾ ਤੁਹਾਨੂੰ। ਪਰ ਜੇ ਗੁਰੂ ਘਰ ਆਉਣਾ ਹੀ ਨਹੀਂ, ਆ ਕੇ ਵੀ ਉੱਧਰਲੇ ਪਾਸੇ ਦਰਵਾਜ਼ੇ ਤੋਂ ਮੁੜ ਜਾਣਾ ਪਰਾਂ ਦੀ ਪਰਾਂ, ਫਿਰ ਜੀਵਨ ਕਿੱਥੋਂ ਮਿਲੇਗਾ? ਮਹਾਰਾਜ ਕਹਿੰਦੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਤੇਰਾ ਦਰਸ਼ਨ ਦੇਖ ਕੇ ਮੈਂ ਜਿਉਂਦਾ ਹਾਂ। ਤੇ ਅਰਦਾਸ ਪਤਾ ਕੀ ਹੈ? ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੇ ਦਰਸ਼ਨ ਕਰਨੇ, ਅਸਲ ਦਰਸ਼ਨ, ਵਿਚਾਰ ਬਾਣੀ ਦੇ ਦਰਸ਼ਨ ਕਰਨੇ, ਬਾਣੀ ਪੜ੍ਹਨੀ ਸੁਣਨੀ, ਇਹ ਵੀ ਦਰਸ਼ਨ ਹੈ। ਜਿੱਥੇ ਦੂਰੋਂ ਆਪਾਂ ਰਵਾਲਿਆਂ ਸਾਹਿਤ ਮਹਾਰਾਜ ਦੇ ਦਰਸ਼ਨ ਕਰਦੇ ਹਾਂ, ਨਹੀਂ ਤਾਂ ਕਰਦੇ ਹੀ ਹਾਂ, ਇਹਦੇ ਨਾਲੋ ਨਾਲ ਗੁਰਬਾਣੀ ਨੂੰ ਪੜ੍ਹਨੇ, ਫਿਰ ਗੁਰੂ ਦੀ ਆਤਮਾ ਦੇ ਦਰਸ਼ਨ ਹੁੰਦੇ ਸ਼ਬਦ। ਤੁਹਾਨੂੰ ਮੈਂ ਵੇਖ ਲਿਆ ਦੂਰੋਂ, ਤੁਸੀਂ ਬੈਠੇ, ਗੱਲੇ ਨਹੀਂ ਕੀਤੀ, ਹੁਣ ਦਰਸ਼ਨ ਤਾਂ ਹੋ ਗਏ ਪਰ ਬਚਨ ਵਿਲਾਸ ਨਹੀਂ ਹੋਏ। ਦਰਸ਼ਨ ਦੇ ਨਾਲ ਨਾਲ ਗੁਰੂ ਮਹਾਰਾਜ ਦੇ ਬੋਲ ਸੁਣਨੇ, ਉਪਦੇਸ਼ ਸੁਣਨੇ, ਇਹ ਲਾਜ਼ਮੀ ਹੈ ਭਾਈ। ਪੂਰਨ ਕਰਮ ਹੋਏ ਪ੍ਰਭ ਮੇਰਾ, ਇਹਦੇ ਨਾਲ ਹੀ ਹੇ ਪ੍ਰਭੂ ਪਰਮੇਸ਼ਰ ਮੇਰਾ ਕਰਮ ਪੂਰਾ ਹੋਏਗਾ। ਜਦ ਦਰਸ਼ਨ ਦੇਖ ਕੇ ਉਦੋਂ ਹੀ ਜੀਵਨ ਜੀਵਿਤ ਹੁੰਦਾ ਬੰਦਾ, ਜਦੋਂ ਕੋਈ ਪੂਰਵਲਾ ਕਰਮ ਬੰਦੇ ਦਾ ਉਗੜਦਾ ਉਦੋਂ ਫਿਰ ਬੰਦਾ ਗੁਰੂ ਦੇ ਦਰਸ਼ਨਾਂ ਵੱਲ ਜੁੜਦਾ, ਪ੍ਰੇਰਿਆ ਜਾਂਦਾ। ਜਾਂ ਇਹਦਾ ਇਹ ਵੀ ਅਰਥ ਸੌਖਾ ਇਹ ਕਰ ਦਿੰਦੇ ਆ ਵਿਦਵਾਨ ਜਨ ਕਿ ਮੇਰੇ ਜਿਹੜੇ ਜਿੰਨੇ ਵੀ ਮੈਂ ਕਰਮ ਆਰੰਭ ਕੀਤੇ ਆ, ਮੇਰਾ ਕਰਮ ਉਦੋਂ ਹੀ ਪੂਰਾ ਹੁੰਦਾ ਹੈ, ਕਿਰਿਆ ਮੇਰੀ ਉਦੋਂ ਹੀ ਪੂਰੀ ਹੁੰਦੀ ਹੈ ਜਦੋਂ ਮੈਂ ਆਪਣੇ ਗੁਰੂ ਦੇ ਦਰਸ਼ਨ ਕਰਦਾ। ਪੁਰਾਤਨ ਗੁਰਸਿੱਖ ਐਸਾ ਹੀ ਕਰਦੇ ਸਨ, ਗੁਰੂ ਘਰ ਆਏ ਬਿਨਾਂ, ਦਰਸ਼ਨ ਕੀਤੇ ਬਿਨਾਂ ਸਾਧ ਸੰਗਤ ਕੁਝ ਮੂੰਹ ਨਹੀਂ ਸੀ ਲਾਉਂਦੇ, ਜਪਜੀ ਦਾ ਪਾਠ ਕੀਤੇ ਬਿਨਾਂ ਕੁਝ ਖਾਂਦੇ ਨਹੀਂ ਸਨ, ਗੁਰਦੁਆਰੇ ਆਉਂਦੇ ਸਨ ਤੇ ਫਿਰ ਆਪਣੀ ਕਿਰਤ ਵਿਰਤ ਆਰੰਭ ਕਰਦੇ ਸਨ। ਇਹ ਬੇਨਤੀ ਸੁਣ ਪ੍ਰਭ ਮੇਰੇ, ਇਹ ਮੇਰੇ ਪ੍ਰਭੂ, ਇਹ ਮੇਰੀ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਹੈ, ਹੱਥ ਜੋੜ ਕੇ ਇਹ ਤੂੰ ਸੁਣ ਲਵੇਂ, ਮੈਂ ਤੈਨੂੰ ਬੇਨਤੀ ਕਰ ਰਿਹਾ ਹਾਂ। ਦੇਹ ਨਾਮ ਕਰ ਆਪਣੇ ਚਿਹਰੇ, ਮੈਨੂੰ ਆਪਣਾ ਚਿਹਰਾ, ਚੇਲਾ, ਸੇਵਕ, ਦਾਸ ਬਣਾ ਲੈ ਤੇ ਮੈਨੂੰ ਨਾਮ ਦੀ ਦਾਤ ਦੇ ਦੇ, ਮੈਨੂੰ ਆਪਣੇ ਘਰ ਦਾ, ਗੁਰੂ ਨਾਨਕ ਦੇ ਘਰ ਦਾ ਨਾਮ। ਸਾਡੇ 'ਤੇ ਤਾਂ ਬੜੀ ਕਿਰਪਾ ਕੀਤੀ ਮਹਾਰਾਜ ਨੇ, ਜਿੱਥੇ ਜਾਓ ਸਤਨਾਮ, ਵਾਹਿਗੁਰੂ, 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 ਵਾਹਿਗੁਰੂ ਦਿੱਤਾ ਹੀ ਹੋਇਆ। ਸਾਡੇ 'ਚ ਤਾਂ ਜਪਣਾ ਹੀ ਨਹੀਂ ਤੇ ਫਿਰ ਕੀ ਕਰੇ ਕੋਈ ਭਾਈ। ਗੁਰਸਿੱਖ ਹੋ ਕੇ ਗੁਰੂ ਸਾਹਿਬ ਬੇਨਤੀ ਕਰ ਰਹੇ, ਮੈਨੂੰ ਆਪਣਾ ਨਾਮ ਦੇ ਦੇ। ਤੁਸੀਂ ਆਪਾਂ ਸਾਰੇ ਵੀ ਬੇਨਤੀ ਕਰੀਏ, ਮਹਾਰਾਜ ਝੋਲੀ ਅੱਡ ਕੇ ਤੇਰੇ ਦਰ 'ਤੇ ਖੜ੍ਹੇ ਹਾਂ, ਮੈਨੂੰ ਆਪਣਾ ਸਿੱਖ ਬਣਾ, ਚਿਹਰੇ ਜਣੀ ਚੇਲਾ ਸਿੱਖ ਬਣਾ ਲੈ ਤੇ ਮੈਨੂੰ ਆਪਣੇ ਨਾਮ ਦੀ ਦਾਤ ਦੇ ਦੇ ਮੇਰੇ ਮਾਲਕ, ਮੈਂ ਤੇਰੇ ਨਾਮ ਨਾਲ ਜੁੜ ਜਾਵਾਂ। ਜਿੱਥੇ ਮੈਂ ਦੁਨੀਆਂ ਦੇ ਬਾਕੀ ਦੇ ਕੰਮ ਧੰਦਿਆਂ ਨਾਲ ਜੁੜਦਾ, ਕਿੰਨਾ ਕਿੰਨਾ ਟਾਈਮ ਟੈਲੀਫੋਨਾਂ ਨੂੰ ਦਿੰਦਾ, ਕਿੰਨਾ ਕਿੰਨਾ ਟਾਈਮ ਟੈਲੀਵਿਜ਼ਨਾਂ ਨੂੰ, ਸਿਨੇਮਿਆਂ ਨੂੰ ਦਿੰਦਾ, ਕਿੰਨਾ ਕਿੰਨਾ ਟਾਈਮ ਬੇਵਜ੍ਹਾ ਦੀਆਂ ਲੋਕਾਂ ਦੀਆਂ ਗੱਲਾਂ ਨੂੰ ਦਿੰਦਾ,
मेरे ते कृपा कर, मेनू नाम दी दात दे दे, ते मैं बैठा जदों चौंकड़ा मार के, ते मेरा मन तेरे सिमरन विच जुड़ जाए, मेरी सुरत सिमरन विच जुड़े, मेरा अंतरात्मा शब्द विच जुड़े। पहला पहला औखा हुंदा है काम, शुरुआती तौर ते मैं भी एक महात्मा नूं पुछिया सी, मैं कहा भाई उदां तां कदे कुछ नहीं होया, बैठे हां ते गल्लां मार रहे हां, ते जदों सिमरन करदे हां उदों ही कदे खुरक शुरू हो गई, कदे इधर शुरू हो गई, कदे इधर हो गई। कई साल पहला मेरे नाल इह होणा, जदों असीं कमरे च बैठना सिमरन लई अपना एकांत विच, ऐन वधिया कमरा है, जदों सिमरन च बैठना उह सामणे पिया डब्बा अखां कढ़न लग जाणा वी इह जगह तां है नहीं, उह उत्थे रख, कोल पिया टाइम पीस लगना भी इह टाइम पीस इत्थे नहीं, इत्थे जे हो गए आ पई चीज़, गलास उत्थे होना चाहिए, ये चीज़ उत्थे होनी चाहिए। जदों तुसीं रख दिता ठीक करके, जानी फिर बैठना, फिर कोई होर चीज़ याद आ जानी, ये सब मन दे चोचले है, बहुत भैड़ा है पाना है, टिकन दिंदा कि क्योंकि ये बाहरले रसां च फसिया फिरदा है। जिवें न्याणा नहीं छोटा जा, ਉਹਨੂੰ ਘਰੇ ਲਿਆਉਂਦੇ ਨਾ, ਬਾਹਰ ਨੂੰ ਉਂਗਲ ਕਰਦਾ, ਬਾਹਰ ਚੱਲ, ਬਾਹਰ ਨੂੰ ਚੱਲ, ਉਹਨੂੰ ਬਾਹਰਲੀ ਦੁਨੀਆ ਚੰਗੀ ਲੱਗਦੀ, ਪਰ ਜਿਉਂ ਜਿਉਂ ਸਮਝ ਪੈ ਜਾਂਦੀ। ਹੁਣ ਆਪਾਂ ਤੁਸੀਂ ਕੰਮ ਕਾਰ ਕਰਦੇ ਤੇ ਘਰ ਨੂੰ ਭੱਜਦੇ ਨਾ, ਕੰਮ ਦੂਰ ਵੀ ਹੋਵੇ ਕਹਿੰਦੇ ਘਰੇ ਚੱਲੀ, ਜਿਸ ਘਰ 'ਚ ਸੁੱਖ ਹੈ ਉਹ ਘਰ ਦਾ ਬੰਦਾ ਘਰੇ ਆਉਂਦਾ, ਜਿਹੜੇ ਘਰੇ ਭਾਈ ਨਰਕ ਬਣੇ ਪਏ ਫਿਰ ਉਹ ਤਾਂ ਉਹਨਾਂ ਤੋਂ ਤਾਂ ਮਾਫ਼ੀ ਹੋਇਆ, ਉਹਨਾਂ ਬਾਰੇ ਤਾਂ ਵਾਹਿਗੁਰੂ ਦੀ ਅਰਦਾਸ ਕੀਤੀ ਜਾ ਸਕਦੀ। ਆ ਜਿਹੜਾ ਨਿੱਜੀ ਘਰ ਹੈ ਇਹ 'ਚ ਸੁੱਖ ਹੈ, ਇਹ ਦਾਅਵੇ ਨਾਲ ਕਿਹਾ ਜਾ ਸਕਦਾ। ਬਾਣੀ ਕਹਿੰਦੀ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਆ ਜਿਹੜਾ ਤੁਹਾਡਾ ਘਰ ਹੈ ਇਹ ਨਿੱਜੀ ਮਹਿਲ ਵਿੱਚ ਸੁੱਖ ਹੀ ਸੁੱਖ ਹੈ, ਤੇ ਜਿਸ ਦਿਨ ਉਹ ਥੋੜ੍ਹਾ ਜਿਹਾ ਵੀ ਰਸ ਆ ਗਿਆ ਸੁੱਖ ਦਾ, ਫਿਰ ਇਹ ਬਾਹਰੋਂ ਫਿਰ ਅੰਦਰ ਨੂੰ ਭਜੂਗਾ, ਫਿਰ ਅੰਦਰ ਆਊਗਾ, ਫਿਰ ਕਹੂਗਾ ਵੀ ਕਿੱਥੇ ਮੌਕਾ ਮਿਲ ਜਾਏ ਮੈਂ ਬੈਠ ਜਾਵਾਂ। ਫਿਰ ਉਹ ਗੱਲਾਂ ਬਾਤਾਂ ਵੀ ਕਰੋਗੇ, ਕੋਈ ਬੰਦਾ ਆ ਗਿਆ ਉਹਨੂੰ ਮਿਲਣ, ਉਹਨੇ ਕੰਮ ਦੀ ਗੱਲ ਤਾਂ ਕਰਨੀ ਠੀਕ ਹੈ, ਪਰ ਕਈ ਫਿਰ ਗੱਲਾਂ 'ਚ ਉੱਦਾਂ ਹੀ ਗੱਲਾਂ ਹੁੰਦੀਆਂ, ਫਿਰ ਗੱਲਾਂ ਕੁਛ ਵੀ ਨਹੀਂ ਹੁੰਦੀਆਂ, ਉਈਂ ਗੱਲਾਂ ਛਿੜ ਪੈਂਦੀਆਂ, ਫਿਰ ਉਹਦਾ ਤੁਣਕਾ ਫਿਰ ਅੰਦਰ ਵੱਜਦਾ ਰਹਿੰਦਾ, ਉੱਥੇ ਉਹਦੀ ਸੂਈ ਉੱਥੇ ਹੀ ਅਟਕਦੀ ਰਹਿੰਦੀ। ਉਹ ਗੱਲਾਂ ਸੁਣੀ ਵੀ ਜਾਂਦਾ, ਹਾਂ ਹੂੰ ਕਰੀ ਜਾਂਦਾ, ਦੋ ਕੁ ਮਿੰਟਾਂ ਬਾਅਦ ਹਾਂਜੀ ਹਾਂਜੀ, ਫਿਰ ਉਹ ਕਹਿੰਦਾ ਵੀ ਕਦੋਂ ਆਨੰਦ ਬਣੇ, ਫਿਰ ਉਹ ਰਾਤ ਨੂੰ ਉਡੀਕਦਾ ਵੀ ਆਹ ਉਹ ਸਮਾਂ ਕਦੋਂ ਬਣੇ, ਰਾਤ ਕਦੋਂ ਆਵੇ ਜਦੋਂ ਮੈਂ ਫਿਰ ਆਪਣਾ ਬਹਿ ਜਾਣਾ, ਫਿਰ ਉਹ ਸਮੇਂ ਨੂੰ ਉਡੀਕਦਾ। ਉਹ ਚੀਜ਼ ਅਸਲ ਹੈ ਗੁਰੂ ਨਾਨਕ ਦੇ ਸਿੱਖਾਂ ਦੀ, ਉਹ ਕਿਤੋਂ ਉੱਡ ਪੁੱਡ ਗਈ, ਸਾਨੂੰ ਤੇ ਲੱਗਦਾ ਫੇਸਬੁੱਕ ਹੀ ਹੈ ਸਾਡੇ ਆਗੂ ਹੈ, ਗਾਲਾਂ ਕੱਢਣਗੇ, ਪਤਾ ਨਹੀਂ ਕੀ ਕੁਛ ਕਰਨਗੇ, ਆਹੀ ਕੁਛ ਚੱਲ ਰਿਹਾ, ਇਹ ਸਿੱਖ ਹੈ ਕਿਤੇ? ਹਰ ਕਿਸੇ ਨਾਲ ਵੈਰ ਲੈਣਾ, ਹਰੇਕ ਨਾਲ ਲੜਨਾ, ਝਗੜਾ ਕਰਨਾ, ਨਿੰਦਾ ਕਰਨੀ, ਇਹੀ ਸਿੱਖੀ ਸਿਖਾਈ ਗੁਰੂ ਨਾਨਕ ਨੇ? ਨਹੀਂ, ਗੁਰੂ ਕੇ ਸਿੱਖ ਦੇ ਜੀਵਨ ਵਿੱਚ ਨਾਮ ਹੋਣਾ ਚਾਹੀਦਾ, ਜਿਸ ਸਿੱਖ ਦੇ ਜੀਵਨ 'ਚ ਨਾਮ ਨਹੀਂ ਉਹ ਸਿੱਖ ਨਹੀਂ ਹੋ ਸਕਦਾ। ਸਿੱਖੀ ਤੋਂ ਟੁੱਟਿਆ, ਸਿੱਖੀ ਤੋਂ ਕੋਹਾਂ ਦੂਰ ਹੈ, ਉਹ ਆਪਣਾ ਭਲਾ ਵੀ ਨਹੀਂ ਦੂਜੇ ਦਾ ਕੀ ਭਲਾ ਕਰੇਗਾ, ਉਪਕਾਰ ਹੀ ਨਹੀਂ ਹੈ, ਪਰ ਉਪਕਾਰ ਕਿੱਥੋਂ ਹੋ ਜਾਏਗਾ? ਪਰ ਉਪਕਾਰ ਹੁੰਦਾ ਦੂਜੇ 'ਤੇ ਭਲਾ ਕਰਨਾ, ਉਪਕਾਰ ਹੁੰਦਾ ਕੋਈ ਉੱਚਾ ਕੰਮ ਕਰਨਾ, ਕਾਰ ਹੁੰਦਾ ਕੋਈ ਕਿਰਤ ਕਰਨੀ, ਪਹਿਲਾਂ ਕਾਰ ਫਿਰ ਉਪਕਾਰ ਫਿਰ ਪਰ ਉਪਕਾਰ, ਨਾ ਕਾਰ ਇਹਨਾਂ ਦੀ ਕੋਈ ਕਿਰਤ ਨਾ ਉਪਕਾਰ ਆਪਣੇ ਜੀਵਨ ਲਈ, ਨਾਮ ਪਹਿਲਾਂ ਹੀ ਆਪਣੇ ਲਈ ਸੋਹਲੇ ਗਵਾਉਣ ਲੱਗ ਜਾਣੇ ਬੰਦਿਆਂ ਤੋਂ, ਜਨ ਪਰਉਪਕਾਰੀ ਆਏ ਅਖੇ, ਪਰ ਕਿੱਧਰੋਂ ਪਰਉਪਕਾਰੀਆਂ ਤੋਂ? ਜਿਸ ਬੰਦੇ ਦੇ ਜੀਵਨ 'ਚ ਨਾਮ ਨਹੀਂ ਉਹ ਬੰਦਾ ਕਦੇ ਪਰਉਪਕਾਰੀ ਨਹੀਂ ਹੋ ਸਕਦਾ, ਸਤਸੰਗ ਇਹ ਗੱਲ ਸਮਝ। ਇਸ ਲਈ ਗੁਰੂ ਨਾਨਕ ਦੇ ਸਿੱਖ ਹੈ ਜਿਹੜੇ, ਉਹ ਸਤਸੰਗਤ ਦੇਹੇ ਨਾਮ ਕਰੇ ਆਪਣੇ ਚਿਹਰੇ, ਮੈਨੂੰ ਆਪਣਾ ਸੇਵਕ ਬਣਾ ਲੈ, ਆਪਣਾ ਸਿੱਖ ਬਣਾ ਲੈ, ਅਤੇ ਮੈਨੂੰ ਤੇਰੇ ਘਰ ਦੀ ਨਾਮ ਦੀ ਦਾਤ ਦੇ ਦੇ, ਸਭ ਤੋਂ ਵੱਡੀ ਦਾਤ, ਜਿਹਨੇ ਨਾਮ ਮੰਗ ਲਿਆ ਉਹਨੇ ਸਭ ਕੁਝ ਮੰਗ ਲਿਆ ਗੁਰੂ ਨਾਨਕ ਦੇ ਘਰ। ਕੋਈ ਆਖੇ ਜੀ ਨਾਮ ਕਿਉਂ ਮੰਗਾਂ, ਉਹ ਸਭ ਤੋਂ ਵੱਡੀ ਚੀਜ਼ ਇਹੀ ਹੈ, ਸੋਨੇ ਦੀਆਂ ਮੁੰਦੀਆਂ ਛੱਲੇ ਕੀ ਮੰਗਦਾ, ਪਾਰਸ ਮੰਗ ਲੈ, ਬਣਾਈ ਜਾ ਜੋ ਮਰਜ਼ੀ ਬਣਾਉਣੀ, ਜਿਹਦੇ ਕੋਲ ਨਾਮ ਆ ਗਿਆ ਨਾ ਜੀ, ਆਹ ਨਾਮ ਧਨ ਜਿਸ ਜਨ ਕੇ ਪਲ ਹੈ ਸਹੀ ਪੂਰੇ ਸ਼ਾਹ। ਬਾਣੀ ਨੂੰ ਪੜ੍ਹੋਗੇ ਜਿਨ ਕੈ ਪੱਲੈ ਧਨ ਵਸੈ ਤਿੰਨ ਕਾ ਨਾ ਫਕੀਰ, ਜਿਨ ਕੈ ਪੱਲੈ ਤੂੰ ਵਸੈ ਤੇ ਜਨ ਗੁਣੀ ਗਹੀਰ। ਫਕੀਰ ਦਾ ਅਰਥ ਉੱਧਰ ਯੂਪੀ ਵਿੱਚ ਜਾਓ ਗਰੀਬ ਨੂੰ ਕਹਿੰਦੇ, ਆਪਾਂ ਤਾਂ ਇੱਕ ਫਕੀਰ ਕਹਿੰਦੇ ਨਾ, ਫੱਕਰ ਸੰਤਾਂ ਨੂੰ ਵੀ ਕਹਿ ਦਿੰਦੇ, ਯੂਪੀ ਬਿਹਾਰ 'ਚ ਉਹਨਾਂ ਤੂੰ ਤੂੰ ਤਾਂ ਫੱਕੜ ਹੈ ਯਾਰ, ਤੂੰ
बिल्कुल फकीर आदमी है, मतलब कंगाल। ओए कहंदे दुनिया दा धन जिन्ना कोल कंगाल है, असल बंदे जिन्हां दे कोल तेरा नाम है वो गुणा दे खजाने। सतगुरु कहंदे ने, कहंदे ए मेरी बेनती सुन, मैनू अपना सिख बना के नाम दी दात दे दे। विश्राम दे के समझा रहे हन, अपनी शरण राख प्रभ दाते। हे मेरे प्रभु, मैनू अपनी शरण च रखी, तेरी शरण विच बड़े सुख है। गुरु गोबिंद सिंह महाराज कहिंदे ना, जफरनामे विच आउंदा है, हमारा कसे साया आयद वजीर, बरो दस्तदार दना जागो दलेर। औरंगजेब नूं लिखदे जफरनामे विच, कहिंदे तू सोचदा होवेगा भी तेरी एड्डी वड्डी फौज साडा कुछ बगाड़ नहीं सकदी, बाल विंगा नहीं कर सकदी। ऐ इक जफरनामे च इदां ही लिखा भी इक बाल भी तू साडा नहीं हिला नहीं सकिया, कुछ भी नहीं कर सकया। कारण कहिंदे तू सुने ना, हुमा पंशु पंछी असमान दे विच पंछी उड़दा, हुमा ओ पंछी दा कहिंदे परछावां जेकर किसे छोटे पंछी ते पै जाए, चिड़ी ते पै जाए, ओ चिड़ी एड्डी योधी यो कह लो ताकत वाली हो जाती है, ओ फिर किसे कां नूं किसे कबूतर नूं नेड़े नहीं लगन दिंदी। ते साडे उत्ते उहदा हथ है, हमारा कसे साया आयद बजेर, परो दस्तदारद ना जागो दलेर। इउं ही कहिंदे ने, कहिंदे असीं भी परमेश्वर दी शरण विच हां, अपनी शरण राख प्रभ दाते। हे प्रभु, मैनू अपनी शरण विच रख लै, अपने चरणा विच थां दे दे। गुर प्रसाद किने विरले जाते, गुरु दी कृपा नाल किसे विरले नहीं प्रभु नूं जाने, जिन्हें भी जाने गुरु दी कृपा नाल ही जानिया है। सुनो बिनो प्रभ मेरे मीता, सुन सुनो सुन बिनो बेनती, मेरी बेनती सुन, ये मेरे प्रभु तू मेरा मित्र है। चरण कमल वसै मेरे चिता, तेरे मेरी बेनती ये है, मेरे ते कृपा कर, तेरे सोहने चरण मेरे चित्त च वस जान, मेरे मन विच वस जान, इन्हां दा प्रेम वस जावे। नानक एक करै अरदास, हे वाहिगुरु मैं इक्को ही अरदास करदा तेरे अगे, आ ना बाकी सारियां साइड ते रख दे। जे सारियां दुनिया दियां चीज़ां मंगणियां होण, उहनां चों इक चीज़ मंगणी पवे भी इक मंग लै जो मंगणी। गुरु जी कहिंदे फिर आ मंगदा मैं, इक नानक एक करै अरदास, मैं ये इक अरदास करदा हाँ। विसर नाहीं पूरन गुणतास, ओए है कि पूर्ण गुणा दा खजाना वाहिगुरु मैनू कदे ना विसरे, जिहदे नाल ये लोक सुखीए परलोक सुहेले हो जाए। इउं बेनती कर रहे इत्थे शब्द की संपूर्णता, समय की समाप्ति आने वाला समा, गुरु घर दे सत्कारयोग हैड ग्रंथी ज्ञानी अंग्रेज सिंह जी उन्हां दे पासों सुनदे हां। समय सिर पहुँच के लाहे लिया करो जी, सभना का धन्यवाद जी। नानक एक करै अरदास, विसर नाहीं पूरन गुणतास। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਹਿਬ ਸੰਗਤ, ਆਪ ਸੰਗਤਾਂ ਨੂੰ ਬੜੇ ਹੀ ਪਿਆਰ ਦੇ ਨਾਲ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਸਾਨੂੰ ਕਰਾ ਰਹੇ ਸਨ ਸਤਿਕਾਰਯੋਗ ਗਿਆਨੀ ਚਰਨਜੀਤ ਸਿੰਘ ਜੀ, ਸ੍ਰੀ ਅਨੰਦਪੁਰ ਸਾਹਿਬ ਵਾਲੇ ਗਿਆਨੀ ਜੁੜਨ ਦਾ ਪ੍ਰਬੰਧ ਵੱਲੋਂ ਧੰਨਵਾਦ ਕੀਤਾ ਜਾਂਦਾ।